ਜਸ ਪੰਜਾਬੀ ਤੇ ਪੰਜਾਬ ਬੋਲਦਾ ਵੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਮੈਂ ਹਾਂ ਕੁਲਵਿੰਦਰ ਸਿੰਘ। ਪੰਜਾਬ ਦੀ ਮੋਤੀਆਂ ਵਾਲੀ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਨਵੇਂ ਸਾਲ ਦਾ ਤੋਹਫਾ ਦਿੱਤਾ ਹੈ ਤੇ ਤੋਹਫਾ ਬਿਜਲੀ ਦੇ ਝਟਕੇ ਦਾ। ਦਰਅਸਲ ਪੰਜਾਬ ਦੇ ਵਿੱਚ ਬਿਜਲੀ ਦੀਆਂ ਕੀਮਤਾਂ ਇੱਕ ਵਾਰੀ ਮੁੜ ਤੋਂ ਵਧਾ ਦਿੱਤੀਆਂ ਗਈਆਂ ਨੇ ਤੇ ਬਿਜਲੀ ਦੀਆਂ ਕੀਮਤਾਂ ਦੀ ਗੱਲ ਕਰੀਏ ਤਾਂ ਘਰੇਲੂ ਖਪਤਕਾਰਾਂ ਦੇ ਲਈ 36 ਪੈਸੇ ਤੇ ਜੋ ਸਨਅਤਕਾਰ ਨੇ ਉਹਨਾਂ ਲਈ 35 ਪੈਸੇ ਦਾ ਇਜ਼ਾਫਾ ਕਰ ਦਿੱਤਾ ਗਿਆ ਹੈ ਤੇ ਇਸ ਤੋਂ ਬਾਅਦ ਬਿਜਲੀ ਦੀਆਂ ਕੀਮਤਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਸਰਕਾਰ ਦੇ ਖਿਲਾਫ ਰੋਹ ਵੀ ਵੇਖਣ ਨੂੰ ਮਿਲ ਰਿਹਾ ਹੈ। ਅੱਜ ਲੋਕਾਂ ਦੇ ਨਾਲ ਗੱਲਬਾਤ ਕਰਦੇ ਹਾਂ ਜੋ ਕਿ ਪਹਿਲਾਂ ਹੀ ਕਈ ਚੀਜ਼ਾਂ ਨੂੰ ਲੈ ਕੇ ਸਰਕਾਰ ਦੇ ਖਿਲਾਫ ਆਪਣਾ ਰੋਸ ਪ੍ਰਦਰਸ਼ਨ ਜ਼ਾਹਰ ਕਰ ਰਹੇ ਨੇ, ਰੋਸ ਜ਼ਾਹਰ ਕਰ ਰਹੇ ਨੇ ਸ਼ਾਮਲਾਟ ਜ਼ਮੀਨਾਂ ਨੂੰ ਲੈ ਕੇ ਵੀ ਤੇ ਹੋਰ ਕਈ ਤਰ੍ਹਾਂ ਦੀਆਂ ਚੀਜ਼ਾਂ ਨੂੰ ਲੈ ਕੇ। ਇਸੇ ਵਿਚਾਲੇ ਹੁਣ ਨਵੇਂ ਸਾਲ ਦੇ ਉੱਤੇ ਬਿਜਲੀ ਦਾ ਝਟਕਾ ਲੱਗਿਆ ਹੈ। ਇਸ ਬਾਰੇ ਲੋਕ ਕੀ ਕੁਝ ਸੋਚਦੇ ਨੇ, ਆਮ ਲੋਕਾਂ ਨਾਲ ਗੱਲਬਾਤ ਕਰਾਂਗੇ ਤੇ ਲੋਕਾਂ ਦੀ ਰਾਏ ਕੀ ਹੈ ਉਹ ਤੁਹਾਨੂੰ ਦੱਸਾਂਗੇ। ਕੀ ਕਹੋਗੇ ਸਰਕਾਰ ਨੇ ਇੱਕ ਵਾਰੀ ਮੁੜ ਤੋਂ ਬਿਜਲੀ ਦੇ ਰੇਟ ਵਧਾ ਦਿੱਤੇ? ਜੀ, ਮੁੜ ਮਾੜਾ ਕੰਮ ਕਰਿਆ ਜੀ। ਖਰਚੇ ਪਹਿਲੇ ਬਹੁਤ ਨੇ ਜੀ, ਆਮਦਨ ਹੈ ਨਹੀਂ ਜੀ। ਅਸੀਂ ਵੀ ਕੰਮ ਕਰਦੇ ਹਾਂ, ਖਰਚੇ ਬਹੁਤ ਨੇ ਤੇ ਕੋਈ ਕੰਮ ਹੈ ਨਹੀਂ, ਰੇਟ ਨਹੀਂ ਵਧਾਉਣਾ ਚਾਹੀਦਾ ਜੀ। ਪਹਿਲੇ ਖਰਚੇ ਬਹੁਤ ਨੇ, ਜਨਰੇਟਰ ਰੱਖਿਆ ਹੋਇਆ ਅਸੀਂ ਕੰਮ ਕਰਦੇ ਹਾਂ, ਇਹ ਜਨਰੇਟਰ ਰੱਖਿਆ ਹੋਇਆ ਸਾਨੂੰ ਪਹਿਲਾਂ ਪਲੰਟੀ ਪੈ ਗਈ ਜੀ ਪਿਛਲੇ। ਅਸੀਂ ਕੰਮ ਕਰਦੇ ਹਾਂ, ਕੰਮ ਕੀ ਕਰੀਏ, ਵਰਕਰ ਰੱਖੇ ਹੋਏ ਨੇ, ਕੰਮ ਕਰਦੇ ਨਾਲ ਭਰਾ ਨੇ ਸਾਡੇ ਕੰਮ ਕਰਦੇ ਨੇ, ਪਰ ਕੋਈ ਹੈ ਨਹੀਂ, ਇਨਕਮ ਹੈ ਨਹੀਂ ਜੀ। ਸਰਕਾਰ ਪਹਿਲਾਂ ਕਹਿੰਦੀ ਸੀ ਜਿਹੜੇ ਕਾਰੋਬਾਰੀ ਹੈ, ਕੰਮ ਕਰਨ ਵਾਲੇ ਬੰਦੇ ਆ, ਉਹਨਾਂ ਨੂੰ ਅਸੀਂ 5 ਰੁਪਏ ਯੂਨਿਟ ਬਿਜਲੀ ਦੇਵਾਂਗੇ। ਤੁਹਾਨੂੰ ਲੱਗਦਾ ਵੀ ਸਰਕਾਰ ਜਿਹੜਾ ਵਾਅਦਾ ਸੀ ਉਹ ਬੜਾ ਝੂਠਾ ਸਾਬਤ ਹੋ ਰਿਹਾ ਹੁਣ? ਨਹੀਂ, ਕੁਛ ਨਹੀਂ ਕਰਦੇ, ਕੁਛ ਨਹੀਂ ਹੈਗਾ ਜੀ। ਵਾਅਦੇ ਨਹੀਂ, ਬਸ ਕੋਈ ਸੱਚਾਈ ਤਾਂ ਕੋਈ ਨਹੀਂ ਖੜਦਾ ਹੈਗਾ ਜੀ, ਸਭ ਝੂਠੇ ਵਾਅਦੇ ਨੇ ਜੀ। ਹੁਣ ਤੱਕ ਸਰਕਾਰੀ ਨੌਕਰੀਆਂ ਕਹਿੰਦੇ ਸਰਕਾਰੀ ਨੌਕਰੀਆਂ ਨਹੀਂ ਮਿਲੀਆਂ ਹੈਗੀਆਂ, ਕੋਈ ਫੋਨਾਂ ਫੂਨਾਂ ਬਾਰੇ ਕਹਿੰਦੇ ਤੇ ਕੁਛ ਨਹੀਂ ਹੋਇਆ ਅੱਜ ਤੱਕ, ਕੁਛ ਨਹੀਂ ਮਿਲਿਆ ਹੈਗਾ, ਕੋਈ ਕੁਛ ਨਹੀਂ ਕਰਿਆ ਕਾਂਗਰਸ ਸਰਕਾਰ ਨੇ। ਹਾਂ, 12 ਵਾਰ ਬਿਜਲੀ ਦੇ ਰੇਟ ਵਧਾ, 12 ਵਾਰ ਬਿਜਲੀ ਦੇ ਰੇਟ ਵਧਾ ਤੇ, ਵਾਰ ਵਾਰ ਰੇਟ ਵਧਾਈ ਜਾਂਦੇ, ਕਦੀ ਕਾਸੀ ਦਾ ਰੇਟ ਵਧਾ ਤਾ, ਕਦੀ ਕਾਸੀ ਦਾ ਰੇਟ ਵਧਾ ਗਿਆ, ਪੈਟਰੋਲ ਵਧ ਗਿਆ, ਡੀਜ਼ਲ ਵਧ ਗਿਆ, ਅਸੀਂ ਕੀ ਕਰਾਂਗੇ? ਕਿੰਨੇ ਕੁ ਅਸੀਂ ਕੰਮ ਕਰਾਂ, ਮੈਨੂੰ ਕੰਮ ਕਰਨ 20 ਸਾਲ ਹੋ ਗਏ ਜੀ, ਕੁਛ ਨਹੀਂ ਜੁੜਿਆ ਹੈਗਾ, ਜਿੰਨੀ ਕਮਾਈ ਹੈਗੀ ਨਾਲ ਦਿਨ ਲੱਗੀ ਜਾਂਦੀ ਹੈ ਜੀ। ਬਿਜਲੀ ਨੂੰ ਲੈ ਕੇ ਸਰਕਾਰ ਮਤਲਬ ਪੰਜਾਬ 'ਚ ਤਾਂ ਬਿਜਲੀ ਪੈਦਾ ਵੀ ਪੰਜਾਬ ਕਰਦਾ ਹੈ, ਫਿਰ ਕੀ ਤੁਹਾਨੂੰ ਲੱਗਦਾ ਕਿਉਂ ਮਹਿੰਗੀ ਹੋਈ ਜਾ ਰਹੀ? ਬਿਜਲੀ ਬਾਹਰ ਵੇਚਦੇ ਨੇ ਇਹ, ਬਾਹਰੋਂ ਬਿਜਲੀ ਬਾਹਰ ਵੇਚਦੇ ਨੇ, ਪੈਸਾ ਬਾਹਰੋਂ ਆਉਂਦਾ ਇਹਨਾਂ ਨੂੰ, ਬਿਜਲੀ ਬਿਜਲੀ ਬਾਹਰ ਜਾਂਦੀ ਹੈ। ਅਸੀਂ ਬਿਜਲੀ ਹੋਵੇ ਕੰਮ ਕਰਨ ਨੂੰ ਫੈਕਟਰੀ ਲੱਗਣ, ਵਾਧੂ ਕੰਮ ਇੱਥੇ ਜੀ, ਬਿਜਲੀ ਬਾਹਰ ਜਾਂਦੀ ਹੈ, ਬਾਹਰ ਲੋਕ ਬਿਜਲੀ ਸਰਕਾਰ ਵੇਚਦੀ ਹੈ ਤਾਂ ਉਹਨੂੰ ਪੈਸਾ ਮਿਲਦਾ ਉਹਨਾਂ ਨੂੰ। ਕੀ ਲੱਗਦਾ ਕਿਉਂ ਪੰਜਾਬ 'ਚ ਕਿਉਂ ਮਹਿੰਗੀ ਹੋਈ ਜਾਂਦੀ? ਪੰਜਾਬ 'ਚ ਇੰਨੇ ਥਰਮਲ ਪਲਾਂਟ ਲੱਗੇ ਹੋਏ ਆ, ਉਹ ਕਿਉਂ ਮਹਿੰਗੀ ਹੋਈ ਜਾ ਰਹੀ? ਕੀ ਲੱਗਦਾ? ਸਰਕਾਰਾਂ ਨਹੀਂ ਠੀਕ ਹੈਗੀਆਂ, ਅੱਜ ਦੀ ਸਰਕਾਰ ਠੀਕ ਨਹੀਂ ਹੈਗੀ। ਕੱਟਣਾ ਚਾਹੀਦਾ, ਇੰਨੀ ਤਾਂ ਆਮਦਨੀ ਹੈ ਜਿੰਨੀ ਸਰਕਾਰ ਨੇ ਉਹ ਕਰਤੀ ਖਰਚਾ ਕਰਦਿਆਂ। ਸਸਤੀ ਦਿੱਲੀ ਹੈ, ਆਪਣੇ ਪੰਜਾਬ 'ਚ ਮਹਿੰਗੀ ਹੈ, ਪੰਜਾਬ ਤੋਂ ਖਰੀਦਦੇ ਨੇ ਉਹ, ਆਹ ਬੰਦੇ ਆਪਣੇ ਆਹ ਬੰਦੇ ਕੀ ਕਰਨਗੇ? ਦਿਹਾੜੀਦਾਰ ਬੰਦੇ ਦਿਹਾੜੀ ਕਰਦੇ ਹਾਂ, ਅਸੀਂ ਕੀ ਕਰਦੇ ਦਿਹਾੜੀ ਕਰਦੇ ਹਾਂ, ਮਿਹਨਤ ਕਰ ਸਕਦੇ ਕੁੱਤੇ ਦੇ ਮੌਤ ਮਰਦੇ ਹਾਂ, ਠੰਡ 'ਚ ਘਰ ਉੱਠ ਕੇ ਉਹਨੇ ਕੰਮ ਕਰਦੇ ਹਾਂ, 4 ਰੁਪਏ ਨਾਲ ਮਿਲ ਪਰ ਫਾਇਦਾ ਕੀ ਹੈ ਜੀ? ਬਿੱਲ ਭਰਾ ਦਿਓ, ਕਿਰਾਇਆ ਦੇ ਦਿਓ, ਬਸ ਘਰ ਨੂੰ ਚਲੇ ਜਾਓ। ਭਾਈ ਕੀ ਤੁਸੀਂ ਕੀ ਕਹੋਗੇ ਭਾਅ ਜੀ, ਬਿਜਲੀ ਲਗਾਤਾਰ ਰੇਟ ਮਹਿੰਗੇ ਹੋਈ ਜਾ ਰਹੇ, ਕੀ ਕਹਿਣਾ ਚਾਹੋਗੇ? ਪਲਾਂਟ ਲਾਉਣ ਦਾ ਕੋਈ ਫਾਇਦਾ ਤਾਂ ਹੈ ਨਹੀਂ ਜੀ, ਜਿੱਦਾਂ ਦੇ ਪਲਾਂਟ ਲਾਏ ਉਦੋਂ ਤਾਂ ਬੰਦ ਪਏ, ਸਾਡੇ ਲੈ ਕੇ ਰਾਜਪੁਰ ਪਲਾਂਟ ਚੱਲਦੇ ਬਿਜਲੀ ਦਾ, ਇਕੱਲਾ ਉਹੀ ਚੱਲ ਰਿਹਾ, ਬਾਕੀ ਸਭ ਬੰਦ ਪਏ। ਇੱਦਾਂ ਦੇ ਇਹਨੇ ਵਧਾਈ ਹੋ ਜਾਣੀ, ਜੋ ਮਰਜ਼ੀ ਯੂਜ਼ ਕਰੀ ਜਾਣ, ਉਹਦਾ ਦੀ ਮਰਜ਼ੀ ਹੈ। ਅੱਛਾ, ਪ੍ਰਾਈਵੇਟ ਵਾਲਿਆਂ ਤੋਂ ਸਰਕਾਰ ਖਰੀਦਣ ਲੱਗ ਗਈ, ਸਰਕਾਰੀ ਬੰਦ ਕਰੀ ਜਾ ਰਹੀ, ਉਹਦੇ ਬਾਰੇ ਕੀ ਕਹੋਗੇ ਵੀ ਸਰਕਾਰੀ ਜਿਹੜੇ ਪਲਾਂਟ ਆ ਕਿਉਂ ਬੰਦ ਹੋ ਰਹੇ ਆ? ਸਰਕਾਰੀ ਪਲਾਂਟ ਇਹ ਆਪਣੇ ਇਹਨਾਂ ਦੀ ਆਪਣੀ ਵਜ੍ਹਾ ਕਰਕੇ ਬੰਦ ਹੋ ਰਹੀ ਜੀ, ਕਿਉਂ ਹਰੇਕ ਥੋਂ ਹਿੱਸਾ ਮੰਗ ਲਈ, ਸਾਨੂੰ ਹਿੱਸਾ ਦਿਓ, ਆਮ ਬੰਦਾ ਹਿੱਸਾ ਕਿੱਥੇ ਦੇ ਦਿਓ? ਆਮ ਬੰਦੇ ਦੇ ਕੋਈ 19 ਭਾਰ ਪਈ ਜਾਂਦਾ ਜੀ, ਕਦੇ ਕਹਿੰਦੇ 5 ਰੁਪਏ ਵਧੀ, ਕਹਿੰਦੇ 2 ਰੁਪਏ ਵਧਾ ਦੀ, 3 ਰੁਪਏ ਵਧਾ ਦੀ, ਇੱਦਾਂ ਨਾਲ ਕੋਈ ਫਰਕ ਨਹੀਂ। ਬੰਦੇ ਦੀ ਤਨਖਾਹ ਵੀ ਵਧੇ ਗੈਲ, ਆਹ ਵੀ ਹੈ, ਤਨਖਾਹ ਵੀ ਵਧਣੀ ਚਾਹੀਦੀ ਬੰਦੇ ਦੀ, ਜਿਸ ਤਰ੍ਹਾਂ ਰੇਟ ਵੱਧ ਰਹੇ ਹੈਗੇ, ਰੇਟ ਵਧਾਈ ਜਾਂਦੇ ਤਨਖਾਹ ਘਟਾ ਦਿੰਦੇ ਆ ਬੰਦੇ ਦੀ, ਜਾਂ ਤਾਂ ਹੋਵੇ ਵੀ ਤਨਖਾਹ ਵੀ ਵਧੇ ਬੰਦੇ ਦੀ, ਫਿਰ ਤਾਂ ਫਾਇਦਾ ਵੀ ਹੈ ਬਿਜਲੀ ਦਾ ਰੇਟ ਵਧਾਉਣੇ ਦਾ, ਆਮਦਨੀ ਕੋਈ ਨਹੀਂ, ਆਮਦਨੀ ਨਹੀਂ ਹੈ, ਅਸੀਂ ਕੰਮ ਕਰਦੇ ਸਾਨੂੰ ਪਤਾ, ਔਰ ਸਾਰੀ ਦਿਹਾੜੀ ਸਬਸਿਡੀ ਦਿੰਦੀ ਆ ਕਿਸਾਨਾਂ ਨੂੰ ਵੀ, ਸਬਸਿਡੀ ਦੇ ਰਹੀ ਹੈ, ਪਰ ਜਿਹੜੇ ਬਹੁਤ ਸਾਰੇ ਗਰੀਬ ਵਰਗ ਦੇ ਲੋਕ ਆ ਸਰਕਾਰ, ਉਹਨਾਂ ਨੂੰ ਵੀ ਕਹਿੰਦੀ ਅਸੀਂ ਸਬਸਿਡੀ ਦਿੰਦੇ ਆ। ਤੁਹਾਨੂੰ ਲੱਗਦਾ ਵੀ ਉਹ ਇੱਕ ਵਜ੍ਹਾ ਬਣਦੀ ਹੈ, ਉਹਦੀ ਵਜ੍ਹਾ ਕਰਕੇ ਵੀ ਲੋਕਾਂ 'ਤੇ ਬੋਝ ਜਿਹੜਾ ਹੋਰ ਲੋਕਾਂ 'ਤੇ ਪੈਂਦਾ? ਨਹੀਂ ਨਹੀਂ, ਸਬਸਿਡੀ ਤਾਂ ਦੇ ਨਹੀਂ ਰਹੇ, ਮਾੜੀ ਮੋਟੀ ਦੇ ਦਿੰਦੇ, ਜੇ ਕੋਈ ਫਸਲ ਖਰਾਬ ਹੋ ਗਈ ਉਹਨੂੰ ਦੇ ਦਿੰਦੇ ਆ। ਜਿਵੇਂ ਹੁਣ ਸਾਡੇ ਨਾਲ ਦੇ ਪਿੰਡਾਂ 'ਚ ਕਣਕ ਲੋਕ ਰੇਹ ਪਾਤਾ, ਕਣਕ ਹੋ ਗਈ, ਉਹ ਕੌਣ ਦੇ ਦੂਗਾ? ਕੋਈ ਨਹੀਂ ਜੀ, ਸਾਡੇ ਘਰ ਦੇ ਨਾਲ 5 ਕਿੱਲੇ ਖਰਾਬ ਹੋ ਗਏ ਜੀ ਕਣਕ ਦੇ, ਕੌਣ ਦੇ ਦੂਗਾ ਜੀ? ਕੋਈ ਨਹੀਂ ਦਿੰਦਾ, ਸਰਕਾਰ ਨਹੀਂ ਦਿੰਦੀ ਹੈਗੀ ਜੀ।
ਰੇਟ ਘਟਣੇ ਚਾਹੀਦੇ, ਰੇਟ ਘਟਣੇ ਚਾਹੀਦੇ ਨੇ ਜੀ। 5-6 ਵਜੇ ਯੂਨਿਟ ਹੋਏ ਬੰਦਾ ਦੇ ਸਕਦਾ ਜੀ, 5-6 ਵਜੇ ਯੂਨਿਟ ਚਾਹੀਦੀ, ਵੱਧ ਤੋਂ ਵੱਧ ਇਸ ਤੋਂ ਵੱਧ ਨਹੀਂ ਜੀ। ਜਿਹੜੇ ਬੰਦੇ ਕੰਮ ਕਾਜ ਕਰਦੇ ਕਾਰੋਬਾਰ ਉਹਨਾਂ ਨੂੰ ਹੋ ਰਿਹਾ? ਭਾਈ ਮੇਰੀ ਗੱਲ ਸੁਣੋ, ਹੁਣ ਕੰਮ ਕਰਦਾ ਮੈਂ ਕੰਮ ਕਰਦਾ, ਮੇਰੀ ਤਨਖਾਹ 10,000 ਤਨਖਾਹ ਮਿਲੀ ਜੀ, ਵੱਧ ਤੋਂ ਵੱਧ 10,000 ਹੋਏਗੀ, 12 ਦੇ ਦੇਗਾ ਕੋਈ, ਪੈਟਰੋਲ ਦੇ ਲਓ ਕਿੱਥੇ ਵਧੇਗਾ, ਬਿਜਲੀ ਕਿੱਥੇ ਵਧ ਗਈ ਜੀ, ਖਰਚ ਘਰ ਦੇ ਖਰਚ ਕਿੰਨੇ ਨੇ ਜੀ, ਰੋਟੀ ਪਾਣੀ ਵੀ ਲਿਆਉਣਾ, ਸਾਰਾ ਸਮਾਨ ਪਤਾ ਮੁੱਲਦਾ ਹੀ ਆਉਣਾ ਜੀ, ਕਣਕ ਆਉਣੀ ਮੁੱਲਦੀ, ਦਾਲ ਚੌਲ ਸਾਰਾ ਮੁੱਲਦਾ ਆਉਣਾ ਜੀ, ਕਿੱਥੋਂ ਲੈ ਕੇ ਦੇਣਾ, ਬਿਜਲੀ ਬਿੱਲੀ ਨੇ ਪਰਾਤੇ, ਅਸੀਂ ਕਿੱਥੋਂ ਘਰੋਂ ਬੱਚੇ ਕਿਵੇਂ ਪਾਲਾਂਗੇ, ਬੱਚੇ ਪੜ੍ਹਦੇ ਵੀ ਨੇ ਜੀ, ਕਿੱਥੋਂ ਕਰ ਸਕਦੇ, ਕੁਛ ਨਹੀਂ ਕਰ ਸਕਦੇ ਜੀ, ਬੁਰਾ ਹਾਲ ਹੈ ਜੀ। ਬਿਲਕੁਲ ਜੀ, ਲੋਕ ਤਾਂ ਹੀ ਲੋਕ ਬਾਹਰ ਭੱਜਦੇ ਨੇ, ਤਾਂ ਹੀ ਲੋਕ ਬਾਹਰ ਭੱਜਦੇ ਨੇ, ਅਰਬ ਕੰਟਰੀ ਭੱਜ ਕੇ 1,00,000 ਰੁਪਏ ਲਾ ਕੇ ਚੱਕ ਕੇ 2,00,000 ਲੱਗੇ ਬੰਦੇ ਬਾਹਰ ਭੱਜ ਗਏ ਜੀ, ਬਾਹਰ ਲੰਘੇ, ਤਾਂ ਹੀ ਲੋਕ ਬਾਹਰ ਦੇ ਕੰਮ ਕਰਦੇ ਨੇ, ਤਾਂ ਹੀ ਪੰਜਾਬ ਭੁੱਖਮਰੀ, ਪੰਜਾਬ ਤਾਂ ਹੀ ਭੁੱਖਮਰੀ ਹੋਈ ਹੋਈ, ਬਹੁਤ ਬੁਰਾ ਹਾਲ ਹੈ ਜੀ। ਭਾਅ ਜੀ, ਬਿਜਲੀ ਦੇ ਰੇਟ ਵਧੇ ਆ ਪੰਜਾਬ ਦੇ ਵਿੱਚ, ਇੱਕ ਵਾਰੀ ਮੁੜ ਤੋਂ ਸਰਕਾਰ ਨੇ ਵਧਾ ਦਿੱਤੇ ਰੇਟ, ਕੀ ਕਹਿਣਾ ਚਾਹੋਗੇ? ਇਹ ਦੇਖੋ ਜੀ, ਇਹਨਾਂ ਨੇ 12ਵੀਂ ਵਾਰ ਰੇਟ ਵਧਾਏ ਆ ਜੀ। ਜਦੋਂ ਆਪਣੀ ਅਕਾਲੀ ਸਰਕਾਰ ਸੀਗੀ ਉਦੋਂ ਤਾਂ ਕਾਂਗਰਸ ਸਰਕਾਰ ਕਹਿੰਦੀ ਸੀ ਕਿ ਇਹਨਾਂ ਨੇ ਜਿਹੜੀ ਪ੍ਰਾਈਵੇਟੇਸ਼ਨ ਕੀਤੀ ਹੈਗੀ ਇਹ ਗਲਤ ਹੈ, ਅਤੇ ਹੁਣ ਇਹਨਾਂ ਨੇ ਆਪਣੇ ਥਰਮਲ ਪਲਾਂਟ ਬਠਿੰਡਾ ਜਿਵੇਂ ਬੰਦ ਕੀਤਾ ਅਤੇ ਆਪ ਇਹਨਾਂ ਨੇ ਬਿਜਲੀ ਦੀ ਪ੍ਰਾਈਵੇਟੇਸ਼ਨ ਕਰਤੀ ਹੈ, ਅਤੇ ਉਹਨਾਂ ਨੇ ਬਿਜਲੀ ਹੁਣ ਦੇਖੋ ਆਪਣਾ 12ਵੀਂ ਵਾਰ ਕਿੰਨੀ ਵੱਧ ਗਈ ਹੈਗੀ, 75 ਰੁਪਏ ਯੂਨਿਟ ਹੋ ਗਈ ਹੈ, ਅਤੇ ਕਮਰਸ਼ੀਅਲ ਹੈਗੀ ਆਪਣੀ 36 ਪੈਸੇ ਉਹ ਯੂਨਿਟ ਵੱਧ ਗਈ ਹੈ, ਅਤੇ ਹੁਣ ਜੇ ਆਪਾਂ ਇੰਨੀ ਬਿਜਲੀ ਵੱਧ ਦੇਵਾਂਗੇ ਤਾਂ ਆਪਾਂ ਉਹ ਵੀ ਦੇਖੋ ਨਾ ਵੀ ਜਿਹੜੀ ਆਪਣੀ ਇੰਡਸਟਰੀ ਹੈ ਉਹ ਵੀ ਹੁਣ ਬਾਹਰ ਨੂੰ ਭੱਜੂਗੀ, ਜਿਹਨਾਂ ਨੂੰ ਬਿਜਲੀ ਉਹ ਮਹਿੰਗੀ ਮਿਲ ਰਹੀ ਹੈ, ਉਹਨਾਂ ਨੇ ਇੱਥੇ ਕੀ ਕਰਨਾ ਫਿਰ? ਫਿਰ ਉਹਨਾਂ ਨੇ ਰੁਜ਼ਗਾਰ ਵੀ ਨਹੀਂ ਹੈਗਾ, ਅਤੇ ਆਪਾਂ ਪੰਜਾਬ 'ਚ ਇੰਨੇ ਪ੍ਰੋਬਲਮ ਹੁੰਦੇ ਹੋਏ ਵੀ ਆਪਾਂ ਬਿਜਲੀ ਨਹੀਂ ਮਹਿੰਗੀ ਦੇ ਰਹੇ ਹਾਂ, ਅਤੇ ਬਾਕੀ ਜਿਹੜੇ ਦੂਜੀ ਸਟੇਟਾਂ ਉਹ ਪੰਜਾਬ ਤੋਂ ਲੈ ਕੇ ਬਿਜਲੀ ਸਸਤੀ ਦੇ ਰਹੇ ਹਾਂ, ਦਿੱਲੀ ਵਿੱਚ ਦੇਖ ਲਓ ਤੁਸੀਂ 4 ਰੁਪਏ ਯੂਨਿਟ ਹੈਗੀ, ਅਤੇ ਇੱਥੇ ਇੰਨੀ ਬਿਜਲੀ ਮਹਿੰਗੀ ਹੋਏਗੀ ਤਾਂ ਬੁਰਾ ਹੀ ਹਾਲ ਹੈ ਫਿਰ ਤਾਂ ਉਰੇ। ਤੁਹਾਨੂੰ ਲੱਗਦਾ ਕਿ ਸਰਕਾਰ ਇੱਕ ਪਾਸੇ ਕਹਿੰਦੀ ਵੀ ਅਸੀਂ ਸਬਸਿਡੀ ਦੇ ਰਹੇ ਹਾਂ, ਤੁਹਾਨੂੰ ਲੱਗਦਾ ਕਿ ਉਹ ਸਬਸਿਡੀ ਦਾ ਪੈਸਾ ਲੋਕਾਂ ਦੇ ਕੋਲੋਂ ਕੱਢੀ ਜਾ ਰਹੀ ਹੈ ਸਰਕਾਰ? ਉਹ ਤਾਂ ਬਿਲਕੁਲ ਕੱਢੀ ਜਾ ਰਹੀ ਹੈ, ਜਿੱਦਾਂ ਸਬਸਿਡੀ ਦੇ ਨਾਮ 'ਤੇ ਅਸੀਂ ਉਨਾ ਹੀ ਰੇਟ ਵਧਾ ਤਾ, ਉਹ ਤਾਂ ਗੱਲ ਉਹੀ ਹੋਗੀ, ਆਪਾਂ ਤੋਂ ਲੈ ਕੇ ਆਪਾਂ ਨੂੰ ਹੀ ਦੇ ਦੇਣਾ ਉਹੀ, ਇਹ ਉਹ ਸਬਸਿਡੀ ਵੀ ਇੰਨੀ ਪ੍ਰੋਪਰ ਆਉਂਦੀ ਨਹੀਂ ਹੈਗੀ। ਤੁਹਾਨੂੰ ਕੀ ਨੁਕਸਾਨ ਲੱਗਦਾ ਕਿ ਆਮ ਲੋਕਾਂ ਨੂੰ ਅਤੇ ਸੂਬੇ ਦੇ ਵਿੱਚ ਇੰਡਸਟਰੀ ਨੂੰ ਕਿੰਨਾ ਕੁ ਨੁਕਸਾਨ ਹੈ? ਤੁਹਾਨੂੰ ਲੱਗਦਾ ਕਿ ਪਹਿਲਾਂ ਇੰਡਸਟਰੀ ਬਾਹਰ ਜਾ ਰਹੀ ਹੈ, ਜੇ ਹੋਰ ਰੇਟ ਮਹਿੰਗੇ ਹੁੰਦੇ ਰਹੇ ਤਾਂ ਤੁਹਾਨੂੰ ਲੱਗਦਾ ਕਿ ਜਿਹੜੀ ਰਹਿੰਦੀ ਖੁੰਦੀ ਇੰਡਸਟਰੀ ਉਹ ਵੀ ਬਾਹਰ ਚਲੀ ਜਾਏਗੀ? ਇਹਦਾ ਦੇਖੋ ਇੰਪੈਕਟ ਬਹੁਤ ਵੱਡਾ ਪੈਂਦਾ ਜੀ ਜੇ ਇੰਡਸਟਰੀ ਬਾਹਰ ਜਾਂਦੀ ਹੈ। ਪਹਿਲੀ ਗੱਲ ਤਾਂ ਆਪਾਂ ਕਰੰਟ ਦੇਖੀਏ ਤਾਂ ਹੁਣ ਦਾ ਆਪਣਾ ਯੂਥ ਹੈ ਇਹ ਪਹਿਲੀ ਬਾਹਰ ਭੱਜ ਰਿਹਾ ਹੈਗਾ, ਜੇ ਯੂਥ ਕਿਉਂ ਇੱਥੇ ਰੁਕੂਗਾ, ਕਿਉਂ ਚੱਕੇ ਇੱਥੇ ਕੋਈ ਆਪਣੀ ਉਹ ਹੋਊਗੀ ਆਪਣੀ ਨੌਕਰੀ ਉਹ ਮਿਲੇਗੀ? ਹੁਣ ਜੇ ਇੰਡਸਟਰੀ ਬਾਹਰ ਜਾ ਰਹੀ ਤਾਂ ਨੌਕਰੀ ਕਿਹਨੇ ਦੇਣੀ ਆ? ਓਬਵੀਅਸਲੀ ਯੂਥ ਤਾਂ ਬਾਹਰ ਜਾਊਗਾ, ਉਹ ਤਾਂ ਹੁਣ ਦਾ ਟੋਟਲੀ ਦੇਖ ਲਓ, ਹੁਣ ਤੁਸੀਂ 10 'ਚੋਂ 8 ਬੱਚੇ ਦੇਖ ਲਓ ਸਾਰੇ ਬਾਹਰ ਜਾ ਰਹੇ ਹੈ, ਜਿਹੜਾ ਅਫੋਰਡ ਕਰ ਸਕਦਾ ਉਹ ਤਾਂ ਬਾਹਰ ਜਾ ਰਿਹਾ, ਜਿਹਦੇ ਕੋਲ ਨਹੀਂ ਪੈਸਾ ਉਹ ਇੱਥੇ ਰਹਿ ਰਿਹਾ, ਉਹਨੂੰ ਵੀ ਨੌਕਰੀ ਹੈ ਨਹੀਂ, ਉਹ ਵੀ ਆਪਣੇ ਵਿਹਲੇ ਬੈਠੇ ਹੈ। ਤੁਹਾਨੂੰ ਲੱਗਦਾ ਕਿ ਸਰਕਾਰਾਂ ਸੱਤਾ 'ਚ ਆਉਣ ਤੋਂ ਪਹਿਲਾਂ ਹਰੇਕ ਪਾਰਟੀ ਲੋਕਾਂ ਨਾਲ ਝੂਠੇ ਵਾਅਦੇ ਕਰਦੀ ਹੈ ਅਤੇ ਬਾਅਦ 'ਚ ਆ ਕੇ ਉਹ ਵਾਅਦੇ ਜਿਹੜੇ ਨੇ ਸਾਰੇ ਉਲਟ ਪੈਂਦੇ ਆ ਅਤੇ ਲੋਕਾਂ ਨੂੰ ਇਹ ਸਰਕਾਰਾਂ ਬਣਾਉਣੀਆਂ ਮਹਿੰਗੀਆਂ ਪੈਂਦੀਆਂ? ਬਿਲਕੁਲ ਜੀ, ਉਹਨਾਂ ਤਾਂ ਆਪਣੀ ਜਦੋਂ ਸਰਕਾਰ ਲਿਆਉਣੀ ਹੈ ਉਹਨਾਂ ਨੇ ਉਹੀ ਦੇਖਣਾ ਵੀ ਹਾਂ ਇਹਨਾਂ ਨੂੰ ਕੀ ਲੋੜ ਹੈਗੀ ਹੈ, ਉਹਨਾਂ ਨੇ ਉਹੀ ਲੋੜਾਂ ਦੇ ਮੁਤਾਬਿਕ ਪ੍ਰੋਮਿਸ ਕਰ ਦੇਣੇ ਆਪਣੇ ਕਿ ਹਾਂ ਅਸੀਂ ਇਹ ਕਰਾਂਗੇ ਇਹ ਕਰਾਂਗੇ, ਲੋਕਾਂ ਨੂੰ ਉਮੀਦ ਜਾਗ ਜਾਂਦੀ ਹੈ ਕਿ ਹਾਂ ਸਾਡੇ ਪਿਛਲੇ ਸਰਕਾਰ ਨਾਲ ਤਾਂ ਇਹ ਹੋਇਆ ਨਹੀਂ, ਇਹ ਨਵੀਂ ਆ ਜਿਹੜੀ ਕਾਸ ਸਾਨੂੰ ਇਹ ਕੁਝ ਮਿਲ ਜਾਏਗਾ, ਫਿਰ ਉਹਨਾਂ ਨੇ ਆ ਕੇ ਵੋਟਾਂ ਕਰਕੇ ਜਿੱਤ ਕੇ ਵੀ ਉਹਨਾਂ ਨੇ ਫਿਰ ਹੋਈ ਪੁਰਾਣੀ ਸਰਕਾਰ ਵਾਂਗੂ ਫਿਰ ਹੋਈ ਉਵੇਂ ਕਰਨ ਲੱਗ ਜਾਂਦੇ ਆ। ਮਹਿੰਗੀ ਕਰਤੀ ਬਿਜਲੀ ਕਿਉਂ ਗਏ? ਭਾਅ ਜੀ ਦੁਕਾਨਾਂ ਛੱਡਣੀਆਂ ਪਊਂਗੀਆਂ ਜੀ। ਹਾਂਜੀ, ਇਹ ਹਾਲ ਹੈ ਜੀ, ਜਿੱਦਣ ਅਸੀਂ ਬੈਠੇ ਸੀ 15 ਸਾਲ ਪਹਿਲਾਂ 250 ਰੁਪਏ ਬਿੱਲ ਸੀ, 500 ਰੁਪਏ ਕਿਰਾਇਆ ਸੀ, ਹੁਣ ਕੰਮ ਤੋਂ ਕੰਮ 13,000 ਰੁਪਇਆ ਕਿਰਾਇਆ ਜੀ, 1,00,000 ਬਿਜਲੀ ਦਾ ਬਿੱਲ ਆ ਰਿਹਾ ਜੀ ਡੈਰੀਆਂ ਦਾ। ਆਮਦਨ ਘੱਟ ਗਈ, ਕਿਰਾਏ ਵੱਧ ਗਏ? ਹਾਂਜੀ, ਕਿਰਾਏ ਵੀ ਵੱਧ ਗਏ, ਬਿਜਲੀ ਦਾ ਬਿੱਲ ਤਾਂ ਮੇਰਾ ਖਿਆਲ 1,000 ਗੁਣਾ ਵੱਧ ਗਿਆ ਜੀ। ਬਿਜਲੀ ਦੀ ਗੱਲ ਕਰਦੇ ਹਾਂ, ਸਿਰਫ ਇਕੱਲੇ ਪੰਜਾਬ ਦੇ ਵਿੱਚ ਹੀ ਇਹੋ ਜਿਹਾ ਪੰਜਾਬ ਹੈ ਜਿੱਥੇ ਬਿਜਲੀ ਦੇ ਰੇਟ ਵਧੇ ਨੇ, ਬਾਕੀ ਦੁਨੀਆਂ 'ਚ ਕਿਤੇ ਵੀ ਨਹੀਂ ਹੈ, ਤੁਸੀਂ ਹਰਿਆਣਾ ਚਲੇ ਜਾਓ, ਦਿੱਲੀ ਚਲੇ ਜਾਓ, ਕਿਤੇ ਵੀ ਰੇਟ ਨਹੀਂ ਹੈ ਕਿਸੇ ਚੀਜ਼ ਦੇ, ਸਿਰਫ ਪੰਜਾਬ ਦੇ ਵਿੱਚ ਕੀ ਹੈ, ਲੋਕ ਆਪਣੀ ਮਰਜ਼ੀ ਨਾਲ ਬਸ ਦੇਖੀ ਜਾਂਦੇ ਬਿੱਲ ਪੇ ਆਊਟ ਕਰਿਆ ਉਹਨਾਂ ਨੇ ਜਾ ਕੇ, ਕੋਈ ਰੌਲਾ ਐਜੀਟੇਸ਼ਨ ਕਰਨ ਵਾਲਾ ਕੋਈ ਹੈ ਹੀ ਨਹੀਂ। ਜਿਹੜੀਆਂ ਅੱਗੇ ਐਜੀਟੇਸ਼ਨਾਂ ਹੁੰਦੀਆਂ ਹੁੰਦੀਆਂ ਸੀ, ਅੱਗੇ ਕਾਮ ਰੇਟ ਹੁੰਦੇ ਸੀ, ਐਜੀਟੇਸ਼ਨਾਂ ਕਰਦੇ ਰਹਿੰਦੇ ਸੀ, ਹੁਣ ਤਾਂ ਸਾਰਾ ਕੁਝ ਡੱਪ ਹੀ ਹੋਇਆ ਪਿਆ।
ਕੋਈ ਐਜੂਟੇਸ਼ਨ ਨਹੀਂ, ਕੋਈ ਲੈਣ ਨਹੀਂ ਦੇਣ ਨਹੀਂ, ਬਸ ਜਿੱਧਰ ਨੂੰ ਜਲਦ ਕਰਦਾ ਗੌਰਮੈਂਟ ਲੁੱਟੀ ਜਾਂਦੇ, ਲੋਕਾਂ ਨੂੰ ਖਾਈ ਜਾਂਦੇ ਨੇ ਬਸ। ਤੁਹਾਨੂੰ ਕੀ ਲੱਗਦਾ ਪੰਜਾਬ ਤਾਂ ਬਿਜਲੀ ਪੈਦਾ ਵੀ ਕਰਦਾ, ਗੁਆਂਢੀ ਸੂਬੇ ਸਾਡੇ ਨਾਲ ਸਸਤੀ ਬਿਜਲੀ ਦੇ ਜਾਂਦੇ? ਸਿਰਫ ਗੱਲ ਉਹੀ ਹੈ ਨਾ ਵੀ ਪਬਲਿਕ ਆਪਣੀ ਰਿਕੁਆਇਰਮੈਂਟ ਜਿਹੜੀ ਲੋੜ ਆ ਪਬਲਿਕ ਦੀ ਜਾਂ ਪਬਲਿਕ ਦੀ ਆਪਣੇ ਜਿਹੜੇ ਇੱਛਾ ਵਾ ਉਹ ਦੱਸਦੀ ਨਹੀਂ, ਬਸ ਆਰਾਮ ਨਾਲ ਬੈਠੇ ਘਰ ਕੇ ਬੈਠੇ ਬੈਠੇ ਬਿੱਲ ਪੇ ਕਰੀ ਜਾਂਦੇ ਨੇ, ਨੈੱਟ 'ਤੇ ਪੇ ਕਰ ਉਹ 'ਤੇ ਪੇ ਕਰਦੇ ਬਸ ਚੱਲੀ ਜਾਂਦਾ ਕੰਮ। ਜਿਹੜਾ ਗਰੀਬ ਲੋਕ ਨੇ ਉਹ ਵਿਚਾਰੇ ਜ਼ਿਆਦਾ ਦੁਖੀ ਨੇ, ਜਿਹੜਾ ਬੰਦਾ ਭਰ ਸਕਦਾ ਬਿੱਲ ਉਹ ਭਰੀ ਜਾਂਦਾ, ਜਿਹੜਾ ਨਹੀਂ ਭਰ ਸਕਦਾ ਉਹ ਵਿਚਾਰਾ ਦੁਖੀ ਆ, ਉਹ ਵਿਚਾਰਾ ਬੱਤੀ ਵੀ ਵਾਲ ਗਿਣ ਗਿਣ ਕੇ ਬਾਲਦਾ ਤਾਂ ਵਿਚਾਰਾ ਆਪਣੇ ਆਹ ਹਾਲ ਆ। ਪਰ ਤੁਹਾਨੂੰ ਕੀ ਲੱਗਦਾ ਵੀ ਪੰਜਾਬ 'ਚ ਕਿਉਂ ਇਸ ਤਰੀਕੇ ਦੇ ਹਾਲਾਤ ਕਿਉਂ ਹੈ ਵੀ ਪੰਜਾਬ ਜਿਹੜਾ ਮਹਿੰਗੀ? ਸਿਰਫ ਮੇਨ ਗੱਲ ਤਾਂ ਇਹ ਹੈ ਵੀ ਜਦ ਤੱਕ ਪਬਲਿਕ ਨਹੀਂ ਬੋਲੂਗੀ ਜਦ ਤੱਕ ਤਾਂ ਗੌਰਮੈਂਟ ਕਹਿੰਦੀ ਆਪਣੇ ਖਰਚੇ, ਗੌਰਮੈਂਟ ਆਪਣੇ ਖਰਚੇ ਵਧਾਈ ਜਾਂਦੀ ਆ ਅਤੇ ਲੋਕਾਂ ਤੋਂ ਕੱਢੀ ਜਾਂਦੀ ਆ ਉਹ। ਤੁਸੀਂ ਆਹ ਦੇਖ ਲਓ ਆਪਣੇ ਪੰਜਾਬ ਦੇ ਵਿੱਚ ਜਿਹੜੇ ਡੰਗਰਾਂ ਦੇ ਸੀਗਾ ਉਹ 'ਤੇ ਵੀ ਸਰਚਾਰਜ ਲੱਗਿਆ, ਕਿਹੜੇ ਲੋਕਾਂ ਦੇ ਪਸ਼ੂ ਬਚਾਤੇ ਤੁਸੀਂ, ਕਿਹੜਿਆਂ ਦੇ ਕਿਤੇ ਪਸ਼ੂ ਫਟਦਾ ਵਾ, ਖਾਲੀ ਫਿਰੀ ਜਾਂਦੇ ਨੇ, ਫਸਲਾਂ ਖਾਈ ਜਾਂਦੇ ਨੇ, ਅਤੇ ਉਹਦਾ ਸਰਚਾਰਜ ਤੁਹਾਡੇ ਹਰ ਇੱਕ ਮੀਟਰ ਦੇ ਵਿੱਚ ਆਉਂਦਾ, ਹਰ ਇੱਕ ਦੇ ਵਿੱਚ ਪੈਸੇ ਕੱਟੇ ਜਾਂਦੇ ਨੇ, ਫਿਰ ਉਹ ਵੀ ਗੌਰਮੈਂਟ ਕੁਛ ਨਹੀਂ ਕਰਦੀ। ਅਤੇ ਜਿਹੜਾ ਇਹ ਸਬਸਿਡੀਆਂ ਦਾ ਕਹਿੰਦੇ ਆ ਵੀ ਕਿਸਾਨਾਂ ਨੂੰ ਉਨਰੇ ਨਾਲੇ ਜਿਹੜੇ ਗਰੀਬ ਵਰਗ ਨੂੰ ਅਸੀਂ ਸਬਸਿਡੀ ਦਿੰਦੇ ਆ, ਤੁਹਾਨੂੰ ਲੱਗਦਾ ਕਿ ਉਹ ਸਬਸਿਡੀ ਉਸੇ ਤਰੀਕੇ ਨਾਲ ਸਰਕਾਰ ਰੇਟ ਮਹਿੰਗੇ ਕਰਕੇ ਉਹਨਾਂ ਕੋਲੋਂ ਵਾਪਸ ਕੱਢ ਲੈਂਦੀ? ਸਬਸਿਡੀ ਦੇਣ ਦੀ ਤਾਂ ਲੋੜ ਹੈ ਹੀ ਨਹੀਂ, ਤੁਸੀਂ ਜੇ ਫਸਲਾਂ ਦੇ ਰੇਟ ਹੀ ਠੀਕ ਠਾਕ ਕਰ ਦਿਉ ਤਾਂ ਸਬਸਿਡੀ ਦੀ ਲੋੜ ਹੀ ਨਹੀਂ ਪੈਂਦੀ ਉਹਨਾਂ ਨੂੰ ਤਾਂ। ਜੇ ਤੁਸੀਂ ਫਸਲਾਂ ਦੇ ਰੇਟ ਹੀ ਵਧੀਆ ਹੋ ਜਾਣ, ਹੁਣ ਜਿਵੇਂ ਪਰਾਲੀ ਆ, ਪਰਾਲੀ ਦਾ ਕੀ ਹੈ ਵੀ ਤੁਸੀਂ ਪਰਾਲੀ ਜੀਰੀ ਦਾ ਜਿਹੜਾ ਰੇਟ ਆ ਉਹਦੇ ਨਾਲ ਤੁਸੀਂ 1 ਰੁਪਇਆ ਕਿਲੋ ਦੇ ਨਾਲ ਪਰਾਲੀ ਵੀ ਤੁਸੀਂ ਪਰਾਲੀ ਨਾਲ ਲੈ ਕੇ ਆਓ, ਜੀਰੀ ਨਾਲ ਲੈ ਕੇ ਆਓ, ਵਿਕ ਜੂਗੀ ਸਾਰਾ ਆ ਜਾਣੀ ਹੈ ਤੁਹਾਡੇ ਨਾਲ ਪਰਾਲੀ, ਕੋਈ ਫੂਕੇ ਨਾ ਵਾਸਤਾ, ਪੈਸੇ ਤਾਂ ਦੇਵੋ ਨਾ ਜਿੱਟਾਂ ਨੂੰ। ਜੇ ਤੁਸੀਂ ਕਟਰਾਈ ਦੇ ਪੈਸੇ ਦੇ ਦਿਓਗੇ ਤਾਂ ਉਹ ਲਿਆ ਕੇ ਪਰਾਲੀ ਤੁਹਾਨੂੰ ਦੇ ਦੇਣਗੇ, ਤੁਸੀਂ ਇੱਥੇ ਮਰਜ਼ੀ ਇਕੱਠੀ ਕਰੀ ਜਾਓ। ਜੇ ਤੁਸੀਂ ਮਚਾਉਣ ਤੋਂ ਬਚਾਉਣੀ ਚਾਹੁੰਦੇ ਹੋ ਵੀ ਅੱਗ ਨਾ ਲੱਗੇ ਤਾਂ ਤੁਸੀਂ ਉਹਦੇ ਪੈਸੇ ਵਧਾ ਕੇ ਉਹਨਾਂ ਨੂੰ ਦੇਵੋ, ਪਰਾਲੀ ਬੰਦ ਹੋ ਜੂ। ਤੁਸੀਂ ਕੀ ਕਹਿਣਾ ਚਾਹੋਗੇ ਜੀ ਸਰਕਾਰ ਨੂੰ, ਜਿਸ ਤਰੀਕੇ ਨਾਲ ਰੇਟ ਵੱਧ ਰਿਹਾ ਕੀ ਕਹੋਗੇ ਸਰਕਾਰ ਨੂੰ ਵੀ ਜੇ ਇਹੀ ਹਾਲ ਰਿਹਾ ਤਾਂ ਕਾਰੋਬਾਰ ਲੋਕਾਂ ਦੇ ਬੰਦ ਹੋ ਜਾਣਗੇ? ਹਾਂਜੀ ਬੰਦ ਹੋ ਜਾਣਗੇ ਜੀ, ਅਸੀਂ ਤਾਂ ਆਪ ਛੱਡਣ ਨੂੰ ਫਿਰਦੇ ਹਾਂ ਜੀ। ਕੀ ਅਪੀਲ ਕਰੋਗੇ ਸਰਕਾਰ? ਸਰਕਾਰ ਨੂੰ ਕਿਆ ਅਪੀਲ ਕਰਨੀ ਜੀ, ਇਹ ਤਾਂ ਹੁਣ ਤਾਂ ਵਾਰ ਵਾਰ 1 ਸਾਲ ਮੈਂ 4 ਵਾਰ ਬਿੱਲ ਵਧਾ ਦਿੰਦੇ, ਨਾ ਕਿਸੇ ਕੀ ਪੁੱਛਿਆ ਨਾ ਪ੍ਰਤੀਤ ਹੈ, ਵੋਟਾਂ ਦੇ ਟਾਈਮ ਇਹ ਪੈਸੇ ਦੇ ਕੇ ਔਰ ਦਿੱਤੀ ਜਾਂਦੀ ਜੀ। ਕੇਜਰੀਵਾਲ ਸਰਕਾਰ ਨੇ ਕਿੰਨਾ ਕੁਛ ਕਰਿਆ ਜੀ, ਸਿੱਖਿਆ ਸਾਰੀ ਫ੍ਰੀ ਕਰਦੀ ਜੀ, ਉੱਥੇ 13,000 ਬੰਦੇ ਦੀ CBSE ਬੋਰਡ ਦੀ ਫੀਸ ਭਰਤੀ ਉਹਨਾਂ ਜੀ। ਇਹਨਾਂ ਨੇ ਕਿਆ ਕਰਿਆ ਜੀ ਦੱਸੋ ਤਾਂ, ਨਾ ਕਾਂਗਰਸ ਨਾ ਅਕਾਲੀਆਂ ਨੇ ਕਰਿਆ ਹੀ ਨਹੀਂ, ਆਪਸ ਮੈਂ ਰਲੇ ਪਏ ਜੀ, ਰੇਤਾ ਖਾਣੇ ਨੂੰ ਵੀ ਨਹੀਂ ਮਿਲਦਾ ਜੀ, ਵੇਚਣੇ ਨੂੰ ਤਾਂ ਕਿੱਥੇ ਮਿਲੂ। ਬਿਜਲੀ ਦੇ ਹਾਲਾਤ ਤਾਂ ਇਸ ਟਾਈਮ ਬਹੁਤ ਮਾੜੇ ਆ ਜੀ, ਕਿਉਂਕਿ ਮਾਰਜਨ ਕਿਸੇ ਵੀ ਦੁਕਾਨਦਾਰ ਨੂੰ ਕਿਸੇ ਵੀ ਚੀਜ਼ ਦਾ ਰਿਹਾ ਕੋਈ ਨਹੀਂ, ਅਤੇ ਉਹਨੂੰ ਮਤਲਬ ਆਪਣੇ ਖਰਚੇ ਪੂਰੇ ਕਰਨੇ ਬੜੇ ਔਖੇ ਆ। ਕੁੱਲ ਮਿਲਾ ਕੇ ਬਿਜਲੀ ਦੇ ਨਾਲ ਨਾਲ ਉਹਨਾਂ ਦੇ ਵਰਕਰਾਂ ਦੇ ਹੋਰ ਕਿਰਾਏ, ਉਹਨਾਂ ਨੂੰ ਮਾਰਜਨ ਬਿਲਕੁਲ ਨਹੀਂ ਹੈਗਾ ਇਸ ਟਾਈਮ। ਮਤਲਬ ਜਿਹੜਾ ਦੁਕਾਨਦਾਰ ਹੈ ਨਾ ਉਹਦੇ ਵਾਸਤੇ ਤਾਂ ਮਤਲਬ ਕੰਮ ਕਰਨਾ ਬੜਾ ਹੀ ਔਖਾ ਹੋਇਆ ਪਿਆ ਇਸ ਟਾਈਮ। ਸਰਕਾਰ ਜਿਹੜਾ ਕਹਿੰਦੀ ਆ ਵੀ ਅਸੀਂ ਇੰਡਸਟਰੀਆਂ ਨੂੰ ਜਾਂ ਹੋਰ ਜਿਹੜੇ ਕਾਰੋਬਾਰੀ ਲੋਕ ਹੈ 5 ਰੁਪਏ ਬਿਜਲੀ ਦੇਵਾਂਗੇ, ਤੁਹਾਨੂੰ ਲੱਗਦਾ ਕਿ ਗੱਲਾਂ ਹੀ ਰਹੀਆਂ ਬਸ 3 ਸਾਲ ਹੋ ਗਏ? ਅੱਜ ਤੱਕ ਜੋ ਵੀ ਹੈਗਾ ਨਾ ਹਾਲਾਤ ਹੈ, ਚਾਹੇ ਉਹ ਅਕਾਲੀ ਸਰਕਾਰ ਹੋਵੇ ਚਾਹੇ ਉਹ ਕਾਂਗਰਸ ਸਰਕਾਰ ਹੋਵੇ, ਸਿਰਫ ਉਹ ਵਾਅਦੇ ਵਾਅਦੇ ਰਹੇ, ਉਹਨਾਂ ਨੇ ਕੋਈ ਵੀ ਪੂਰਾ ਨਹੀਂ ਕੀਤਾ। ਜਨਤਾ ਨੂੰ ਲੁੱਟਣ ਦਾ ਕੰਮ ਕਰਿਆ, ਜਨਤਾ ਨੂੰ ਕੋਈ ਫੈਸਿਲਿਟੀ ਨਹੀਂ ਦਿੱਤੀ ਅੱਜ ਤੱਕ, ਕੋਈ ਵੀ ਫੈਸਿਲਿਟੀ ਉਹਨਾਂ ਦੀ ਤਰਫ ਤੋਂ ਕਿਸੇ ਕਿਸਮ ਦੀ ਨਹੀਂ ਹੈਗੀ। ਬਿਜਲੀ ਤੋਂ ਇਲਾਵਾ ਵੀ ਹੋਰ ਸਾਰੇ ਬਹੁਤ ਸਾਰੇ ਟੈਕਸ ਹੈ, ਬਹੁਤ ਸਾਰੇ ਟੈਕਸ ਹੈ, ਸੈਸ ਲਾਏ ਹੋਏ ਆ, ਹੋਰ ਹੈ। ਤੁਸੀਂ ਇਹ ਲਾ ਕੇ ਚੱਲੋ ਕਿ ਸਾਰਾ ਦਿਨ ਕੰਮ ਕਰਕੇ ਵੀ ਅਗਰ ਕੋਈ ਬੰਦਾ 500 ਰੁਪਇਆ ਕਮਾਉਂਦਾ ਤਾਂ, ਜੇ 150 ਰੁਪਏ ਕਿਲੋ ਪਿਆਜ਼ ਹੀ ਲੈ ਗਿਆ ਤਾਂ ਪਿੱਛੇ ਕਿਆ ਰਹਿ ਗਿਆ ਉਹਦੇ? ਅਤੇ ਹੁਣ ਤੁਹਾਨੂੰ ਕੀ ਲੱਗਦਾ ਇਸ ਪੰਜਾਬ ਦੇ ਲੋਕਾਂ ਕੋਲ ਆਪਸ਼ਨ ਕੀ ਆ ਹੁਣ, ਮਤਲਬ ਕੀ ਕੁਛ ਕਰ ਸਕਦੇ ਜੀ? ਦੇਖੋ ਜੀ, ਕੋਈ ਚੰਗਾ ਲੀਡਰ
ਜਾਂ ਆਪਣੀ ਜਨਤਾ ਅਵੇਅਰਨੈਸ ਹੋ ਕੇ ਉਹਨਾਂ ਨੂੰ ਅੱਗੇ ਲੈ ਕੇ ਆਵੇ ਚੰਗੇ ਲੀਡਰ ਨੂੰ, ਤੇ ਉਹੀ ਭਲਾ ਕਰ ਸਕਦਾ। ਬਾਕੀ ਕਾਂਗਰਸ ਤੋਂ ਜਾਂ ਅਕਾਲੀ ਦਲ ਤੋਂ ਅਜੇ ਤੱਕ ਕੋਈ ਉਮੀਦ ਹੈ ਨਹੀਂ ਸਾਨੂੰ। ਤੇ ਪੰਜਾਬ ਬੋਲਦਾ ਦੇ ਵਿੱਚ ਬਿਜਲੀ ਦੀਆਂ ਵਧੀਆਂ ਕੀਮਤਾਂ ਦੇ ਉੱਤੇ ਅਸੀਂ ਗੱਲ ਕਰ ਰਹੇ ਹਾਂ ਆਮ ਲੋਕਾਂ ਦੇ ਨਾਲ ਵੀ ਅਸੀਂ ਗੱਲ ਕੀਤੀ ਹੈ, ਤੇ ਹੁਣ ਕੁਝ ਨੌਜਵਾਨਾਂ ਦੇ ਨਾਲ ਗੱਲ ਕਰਦੇ ਹਾਂ ਕਿ ਇਸ ਜੋ ਰੇਟ ਵਧਾਏ ਗਏ ਨੇ ਉਹਨੂੰ ਕਿਸ ਤਰੀਕੇ ਨਾਲ ਉਹ ਵੇਖਦੇ ਨੇ, ਕਿਉਂਕਿ ਆਮ ਇਨਸਾਨ ਦੀ ਜ਼ਿੰਦਗੀ ਤੋਂ ਲੈ ਕੇ ਨੌਜਵਾਨਾਂ ਦੀ ਜ਼ਿੰਦਗੀ 'ਤੇ ਖਾਸ ਤੌਰ 'ਤੇ ਅਸਰ ਪਏਗਾ, ਕਿਉਂਕਿ ਇੰਡਸਟਰੀ ਜਿਹੜੀ ਹੈ ਉਹ ਲਗਾਤਾਰ ਇਸ ਫੈਸਲੇ ਦਾ ਵਿਰੋਧ ਕਰ ਰਹੀ ਹੈ। ਇੰਡਸਟਰੀ ਦੀ ਮਾਰ ਜਿਹੜੀ ਹੈ ਸਿੱਧੇ ਤੌਰ ਦੇ ਉੱਤੇ ਰੁਜ਼ਗਾਰ ਦੇ ਮਸਲੇ ਦੇ ਉੱਤੇ ਪਏਗੀ। ਸਾਡੇ ਨਾਲ ਕੁਝ ਨੌਜਵਾਨ ਹੈ, ਉਹਨਾਂ ਨਾਲ ਗੱਲ ਕਰਦੇ ਹਾਂ। ਕੀ ਨਾਮ ਤੁਹਾਡਾ? ਮੇਰਾ ਨਾਮ ਅਵਤਾਰ ਸੈਣੀ ਹੈ ਜੀ। ਅਵਤਾਰ, ਤੁਸੀਂ ਦੱਸੋ ਕਿਸ ਤਰੀਕੇ ਦਾ ਅਸਰ ਪਏਗਾ ਪੰਜਾਬ ਸਰਕਾਰ ਨੇ ਇੱਕ ਵਾਰੀ ਮੁੜ ਤੋਂ ਬਿਜਲੀ ਦੇ ਰੇਟ ਵਧਾ ਦਿੱਤੇ ਹੈ? ਬਿਜਲੀ ਦੇ ਰੇਟ ਵਧਣ ਨਾਲ ਦਿਨੋ ਦਿਨ ਜੋ ਇੰਡਸਟਰੀ ਹੈ ਜੋ ਪੰਜਾਬ ਵਿੱਚੋਂ ਬਾਹਰ ਜਾਂਦੀ ਜਾ ਰਹੀ ਬਾਹਰ ਜਾ ਰਹੀ ਹੈ ਲਗਾਤਾਰ। ਬਿਜਲੀ ਦੇ ਰੇਟ ਸਰਕਾਰ ਆਖਰੀ 5-10 ਸਾਲਾਂ ਤੋਂ ਕੰਟੀਨਿਊ ਇਨਕਰੀਜ਼ ਕਰੀ ਜਾ ਰਹੀ, ਜਿਸ ਨਾਲ ਕਿ ਆਪਣੇ ਇੰਡਸਟਰੀ ਹੈ ਔਰ ਜੋ ਆਪਣੇ ਰੁਜ਼ਗਾਰ ਰੁਜ਼ਗਾਰ ਮਿਲਣੇ ਦੇ ਘਰਾਂ 'ਚ। ਦੱਸ ਅਮਨ ਵੀ ਕਿਸ ਤਰੀਕੇ ਨਾਲ ਵੀ ਤੁਹਾਨੂੰ ਲੱਗਦਾ ਵੀ ਸਾਡੇ ਹੁਣ ਘਰਾਂ ਦੇ ਵਿੱਚ ਜਦੋਂ ਬਿਜਲੀ ਮਹਿੰਗੀ ਹੋਈ ਜਾ ਰਹੀ ਹੈ, ਬਿੱਲ ਜਿਹੜੇ ਨੇ ਮੋਟੇ ਮੋਟੇ ਬਿੱਲ ਘਰਾਂ ਦੇ ਵਿੱਚ ਪਹੁੰਚ ਰਹੇ ਨੇ, ਹਾਲਾਂਕਿ ਪੰਜਾਬ ਦੇ ਕੋਲ ਆਪਣੀ ਬਿਜਲੀ ਹੈ, ਫਿਰ ਫਾਇਦਾ ਕੀ ਹੈ ਪੰਜਾਬ? ਹਾਲਾਂਕਿ ਪੰਜਾਬ ਵਿੱਚ ਆਪਣੇ ਬਹੁਤ ਸਾਰੇ ਥਰਮਲ ਪਲਾਂਟ ਅਤੇ ਡੈਮ ਵਗੈਰਾ ਬਹੁਤ ਸਾਰੇ ਹੈ, ਪਾਵਰ ਪਲਾਂਟ ਵਗੈਰਾ ਹੈ ਪੰਜਾਬ ਵਿੱਚ, ਲੇਕਿਨ ਫਿਰ ਵੀ ਪੰਜਾਬ ਵਿੱਚ ਬਿਜਲੀ ਦੀ ਕਿੱਲਤ ਸ਼ੁਰੂ ਤੋਂ ਹੀ ਆ ਰਹੀ ਹੈ। ਪੰਜਾਬ ਹਾਲਾਂਕਿ ਆਪਣੇ ਨਾਲ ਦੀਆਂ ਸਟੇਟਾਂ ਨਾਲ ਤਾਂ ਬਹੁਤ ਜ਼ਿਆਦਾ ਹਾਈ ਰੇਟ 'ਤੇ ਬਿਜਲੀ ਦੇ ਰਿਹਾ ਹੈ, ਜਿਸ ਕਰਕੇ ਕਿ ਆਪਣਾ ਰੁਜ਼ਗਾਰ ਡੇਲੀ ਲਾਈਫ ਹਰ ਇੱਕ ਚੀਜ਼ ਪ੍ਰਭਾਵਿਤ ਹੋ ਰਹੀ ਹੈ, ਅਤੇ ਹਰ ਇੱਕ ਇਨਸਾਨ ਨੂੰ ਹਰ ਇੱਕ ਫੀਲਡ 'ਚ ਇਫੈਕਟ ਪਾ ਰਹੀ ਹੈ ਬਿਜਲੀ ਦੇ ਰੇਟ ਜੋ ਵੱਧ ਰਹੇ ਹੈ। ਘਟਣੇ ਚਾਹੀਦੇ ਰੇਟ? ਹਾਂਜੀ, ਬਿਜਲੀ ਦੇ ਰੇਟ ਜੋ ਘਟਣੇ ਚਾਹੀਦੇ ਆ, ਕਿਉਂਕਿ ਇੰਡਸਟਰੀ ਤਦ ਹੀ ਪੰਜਾਬ ਵਿੱਚ ਆਊਂਗੀ ਅਗਰ ਬਿਜਲੀ ਦੇ ਰੇਟ ਥੋੜ੍ਹੇ ਘਟੂਗੇ, ਅਦਰਵਾਈਜ਼ ਇੰਡਸਟਰੀ ਪੰਜਾਬ ਵਿੱਚੋਂ ਦਿਨੋ ਦਿਨ ਖਤਮ ਹੁੰਦੀ ਜਾ ਰਹੀ ਹੈ, ਅਤੇ ਇੰਡਸਟਰੀ ਵਿੱਚ ਬਿਜਲੀ ਦੀ ਹਰ ਜਗ੍ਹਾ ਜ਼ਰੂਰਤ ਪੈਂਦੀ ਹੈ। ਕੋਈ ਵੀ ਇੰਡਸਟਰੀ ਲੈ ਲਓ, ਆਈਟੀ ਲੈ ਲਓ ਜਾਂ ਮਕੈਨੀਕਲ ਇੰਡਸਟਰੀ ਲੈ ਲਓ, ਕੋਈ ਵੀ ਇੰਡਸਟਰੀ ਹੋਏ ਬਿਜਲੀ ਦੀ ਜ਼ਰੂਰਤ ਹਰ ਜਗ੍ਹਾ ਹੁੰਦੀ ਹੈ। ਜਦ ਤੱਕ ਬਿਜਲੀ ਦੀ ਪੂਰਤੀ ਨਹੀਂ ਹੋਊਗੀ ਇੰਡਸਟਰੀ ਪੰਜਾਬ ਵਿੱਚ ਨਹੀਂ ਆਊਗੀ, ਹਾਂ ਇਸ ਕਰਕੇ ਬਿਜਲੀ ਦੀ ਰੇਟ ਘਟਣੇ ਚਾਹੀਦੇ ਹਨ। ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਜਸਵਿੰਦਰ ਕੌਰ। ਜਸਵਿੰਦਰ, ਤੁਸੀਂ ਦੱਸੋ ਕਿ ਬਿਜਲੀ ਇੱਕ ਵਾਰੀ ਸਰਕਾਰ ਨੇ ਫਿਰ ਮਹਿੰਗੀ ਕਰਤੀ ਹੈ, ਤੁਹਾਨੂੰ ਕੀ ਲੱਗਦਾ ਕਿ ਆਮ ਲਾਈਫ ਦੇ ਉੱਤੇ ਅਤੇ ਨੌਜਵਾਨ ਜੋ ਕਿ ਰੁਜ਼ਗਾਰ ਲੱਭ ਰਹੇ ਨੇ ਜਦੋਂ ਇੰਡਸਟਰੀ ਬਾਹਰ ਜਾਏਗੀ ਬਿਜਲੀ ਦੀ ਵਜ੍ਹਾ ਕਰਕੇ ਕੀ ਅਸਰ ਪਏਗਾ? ਸਰ, ਬਹੁਤ ਇਫੈਕਟ ਪੈ ਰਿਹਾ। ਹੁਣ ਇੱਕ ਕੋਮਨ ਪਰਸਨ ਹੈ ਜੋ ਕਿ ਮਿਡਲ ਕਲਾਸ ਪਰਸਨ ਹੈ, ਉਹਦੀ ਲਾਈਫ 'ਤੇ ਇੰਨਾ ਇਫੈਕਟ ਪੈ ਰਿਹਾ। ਤੁਸੀਂ ਦੇਖ ਸਕਦੇ ਹੋ ਕਿ ਜੋ ਇਨਸਾਨ ਜਿਹਨੇ ਇੱਕ ਬੰਦੇ ਨੇ ਆਪਣਾ ਘਰ ਚਲਾਉਣਾ ਹੈ ਉਹ ਕਿਸ ਤਰ੍ਹਾਂ ਚਲਾਏਗਾ, ਜਦੋਂ ਉਸਦਾ ਬਿੱਲ ਹੀ ਇੰਨਾ ਜ਼ਿਆਦਾ ਆਏਗਾ ਬਿਜਲੀ ਦਾ, ਅਤੇ ਉਹ ਆਪਣੀ ਲਾਈਫ ਦੇਖੇਗਾ, ਆਪਣੇ ਬੱਚਿਆਂ ਨੂੰ ਪਾਲੇਗਾ, ਜਾਂ ਫਿਰ ਉਹ ਆਪਣੇ ਬਿਜਲੀ ਦੇ ਖਰਚੇ ਚਲਾਵੇਗਾ, ਉਹ ਕੀ ਕਰੇਗਾ? ਠੀਕ ਹੈ, ਅਤੇ ਕੋਮਨ ਪਰਸਨ ਲਈ ਜਾਂ ਇੱਕ ਕਹਿ ਲਈ ਮਿਡਲ ਕਲਾਸ ਪਰਸਨ ਲਈ ਇਹ ਬਹੁਤ ਜ਼ਿਆਦਾ ਮਤਲਬ ਪ੍ਰਭਾਵਿਤ। ਤੁਸੀਂ ਯੂਥ ਹੋ, ਰੁਜ਼ਗਾਰ ਜਿਹੜਾ ਇੱਕ ਵੱਡਾ ਮਸਲਾ ਦੇਸ਼ ਦੇ ਵਿੱਚ ਬਣਿਆ ਹੋਇਆ ਹੈ, ਪੰਜਾਬ ਦੇ ਵਿੱਚ ਇੰਡਸਟਰੀ ਲਗਾਤਾਰ ਬਾਹਰ ਜਾ ਰਹੀ ਹੈ, ਤੁਹਾਨੂੰ ਲੱਗਦਾ ਕਿ ਹੁਣ ਰੇਟ ਮਹਿੰਗੇ ਹੋਣਗੇ ਤਾਂ ਪੰਜਾਬ ਦੇ ਵਿੱਚ ਜੋ ਬਚੀ ਖੁਚੀ ਇੰਡਸਟਰੀ ਹੈ ਉਹ ਵੀ ਬਾਹਰ ਚਲੀ ਜਾਏਗੀ ਇਸ ਨਾਲ? ਹਾਂਜੀ ਸਰ, ਬਿਲਕੁਲ। ਹੁਣ ਤੁਸੀਂ ਖੁਦ ਦੇਖ ਸਕਦੇ ਹੋ ਆਪਣਾ ਯੂਥ ਹੈ ਕਿੰਨੇ ਜ਼ਿਆਦਾ ਬੇਰੁਜ਼ਗਾਰ ਫਿਰ ਰਹੇ ਨੇ ਵਿਚਾਰੇ, ਠੀਕ ਹੈ ਨਾ, ਅਤੇ ਉਹਨਾਂ ਦੀ ਲਾਈਫ 'ਤੇ ਓਬਵੀਅਸਲੀ ਇਫੈਕਟ ਪਏਗਾ। ਜਦੋਂ ਇੰਡਸਟਰੀ ਹੀ ਬਾਹਰ ਜਾਏਗੀ ਉਹ ਬੰਦਾ ਕਿੱਦਾਂ ਸਰਵਾਈਵ ਕਰੇਗਾ? ਫਿਰ ਕਹਿੰਦੇ ਨੇ ਵੀ ਪੰਜਾਬੀ ਸਾਰੇ ਬਾਹਰ ਜਾ ਰਹੇ ਨੇ। ਸਰ, ਬਾਹਰ ਜਾਣਗੇ, ਉਹਨਾਂ ਨੇ ਵੀ ਕੁਛ ਖਾਣਾ ਆ, ਉਹਨਾਂ ਨੇ ਵੀ ਆਪਣੇ ਘਰ ਲਈ ਕੁਛ ਕਮਾਉਣਾ ਆ, ਉਹ ਕਿੱਦਾਂ ਰਹਿਣਗੇ ਇੱਥੇ ਜਦੋਂ ਇੱਥੇ ਇੰਡਸਟਰੀ ਨਹੀਂ ਹੈ? ਅਤੇ ਉਹ ਕੰਮ ਕਿੱਥੇ ਕਰਨਗੇ? ਕੰਮ ਤਾਂ ਸਾਰਿਆਂ ਨੇ ਹੀ ਕਰਨਾ ਆ। ਹੁਣ ਸਰ ਇੰਨੇ ਜ਼ਿਆਦਾ ਹੁਣ ਰੇਟ ਵੱਧ ਰਹੇ ਨੇ, ਸਾਰੇ ਬਾਹਰ ਜਾ ਰਹੇ ਨੇ, ਅਤੇ ਲੋਕਾਂ ਨੂੰ ਇੱਦਾਂ ਦਾ ਕੰਪੀਟੀਸ਼ਨ ਵੱਧ ਰਿਹਾ, ਅਤੇ ਓਬਵੀਅਸਲੀ ਸਰ ਇੱਥੇ ਜੋਬਸ ਲਈ ਕੁਛ ਨਹੀਂ ਹੈ, ਸਰਵਾਈਵ ਲਈ। ਤੁਹਾਡਾ ਕੀ ਨਾਮ ਹੈ ਜੀ? ਸੁਨੀਲ ਕੁਮਾਰ ਹੈ ਜੀ। ਸੁਨੀਲ, ਕੀ ਕਹੋਗੇ, ਬਿਜਲੀ ਲਗਾਤਾਰ ਪੰਜਾਬ ਦੇ ਵਿੱਚ ਮਹਿੰਗੀ ਕੀਤੀ ਜਾ ਰਹੀ ਹੈ, ਕਿਸ ਤਰੀਕੇ ਦਾ ਅਸਰ ਹੈ? ਜੀ, ਅਸਰ ਇਹਦਾ ਆਮ ਕੋਮਨ ਇਨਸਾਨ 'ਤੇ ਜ਼ਿਆਦਾ ਹੋ ਰਿਹਾ ਹੈ। ਜਿਹੜਾ ਦਿਹਾੜੀ ਲਾ ਰਿਹਾ ਬੰਦਾ ਉਹ ਕਿੱਦਾਂ ਇਹ ਬਿੱਲ ਦੇ ਸਕਦਾ ਇੰਨੇ ਮਹਿੰਗੇ? ਯੂਨਿਟ ਇੰਨੀ ਮਹਿੰਗੀ ਹੋ ਗਈ ਅੱਜ ਕੱਲ੍ਹ, 6-7 ਰੁਪਏ ਯੂਨਿਟ ਚੱਲ ਰਹੀ ਹੈ, ਹੋਰ ਵੀ
ਮਤਲਬ ਤੁਹਾਨੂੰ ਲੱਗਦਾ ਕਿ ਸਰਕਾਰ ਪਹਿਲਾਂ ਜਦੋਂ ਪੰਜਾਬ ਦੇ ਵਿੱਚ ਸਰਕਾਰ ਬਣਨੀ ਸੀ ਕਾਂਗਰਸ ਦੀ, ਉਦੋਂ ਕਹਿ ਰਹੇ ਸੀ ਕਿ ਅਸੀਂ ਸਸਤੀ ਕਰਾਂਗੇ ਬਿਜਲੀ, ਪਰ ਜਦੋਂ ਕੋਈ ਵੀ ਪਾਰਟੀ ਆ ਜਦੋਂ ਸੱਤਾ 'ਚ ਆ ਜਾਂਦੀ ਹੈ ਜਾਂ ਜਿੱਤ ਜਾਂਦੀ ਆ, ਉਸ ਤੋਂ ਬਾਅਦ ਉਹ ਭੁੱਲ ਜਾਂਦੀਆਂ ਸਾਰੀ ਚੀਜ਼ਾਂ? ਹਾਂਜੀ, ਇਹ ਤਾਂ ਸਹੀ ਗੱਲ ਹੈ ਜੀ, ਹਰ ਪਾਰਟੀ ਇਹੀ ਕਹਿੰਦੀ ਕਿ ਅਸੀਂ ਇਹ ਕਰਾਂਗੇ ਉਹ ਕਰਾਂਗੇ, ਜਦੋਂ ਬਣ ਜਾਂਦੇ ਆ ਉਹ ਫਿਰ ਉਹ ਸਾਰਾ ਕੁਛ ਭੁੱਲ ਜਾਂਦੇ ਆਪਣਾ। ਜਿੱਦਾਂ ਹੁਣ ਕਾਂਗਰਸ ਨੇ ਕਿਹਾ ਸੀ ਕਿ ਨੌਜਵਾਨਾਂ ਨੂੰ ਆਪਾਂ ਰੋਜ਼ਗਾਰ ਦੇਵਾਂਗੇ, ਸਾਰਿਆਂ ਨੂੰ ਦੇਵਾਂਗੇ, ਉਹਨਾਂ ਨੇ ਫੇਅਰ ਵੀ ਲਾਏ ਸੀ, ਫੇਅਰ ਰੋਜ਼ਗਾਰ ਮੇਲੇ ਲਾਏ ਸੀ, ਪਰ ਉੱਥੇ ਕਿਹੜੀ ਕੰਪਨੀਆਂ ਆਈਆਂ? ਜ਼ਿਆਦਾਤਰ ਕੋਲ ਸੈਂਟਰ ਹੀ ਆਏ ਹੈ ਜੀ, ਮੈਕਸੀਮਮ ਕੋਲ ਸੈਂਟਰ ਸੀ, ਅਤੇ ਕੁਛ ਨਹੀਂ ਬਣਿਆ। ਤੁਸੀਂ ਦੱਸੋ, ਤੁਸੀਂ ਜੋਬ ਕਰਦੇ ਹੋ ਇੰਡਸਟਰੀ 'ਚ, ਤੁਹਾਨੂੰ ਕੀ ਲੱਗਦਾ ਕਿ ਰੁਜ਼ਗਾਰ ਦੇ ਵਿੱਚ ਕਿੰਨੇ ਕੁ ਚੰਗੇ ਮੌਕੇ ਹੈਗੇ ਨੌਜਵਾਨਾਂ ਕੋਲ, ਅਤੇ ਉੱਪਰੋਂ ਜਿਹੜੀ ਸਰਕਾਰ ਮਹਿੰਗਾਈ ਕਰ ਰਹੀ ਹੈ, ਖਰਚੇ ਵੱਧ ਰਹੇ ਨੇ, ਕੀ ਕਹਿਣਾ ਚਾਹੋਗੇ ਕਿ ਆਮਦਨੀ ਕਿੰਨੀ ਕੁ ਹੈ ਅਤੇ ਖਰਚੇ ਕਿੰਨੇ ਕੁ ਹੈ? ਜੀ, ਆਮਦਨੀ ਤਾਂ ਘੱਟ ਹੀ ਹੈ, ਖਰਚੇ ਜ਼ਿਆਦਾ, ਕਿਉਂਕਿ ਮਹਿੰਗਾਈ ਜ਼ਿਆਦਾ ਜੀ, ਖਰਚੇ ਨਹੀਂ ਇੰਨੇ, ਮਹਿੰਗਾਈ ਜ਼ਿਆਦਾ, ਮਹਿੰਗਾਈ ਕਰਕੇ ਫਿਰ ਉਹ ਆਮਦਨੀ ਇੰਨੀ ਹੈ ਨਹੀਂ, ਜੇ ਇਹੀ ਇਫੈਕਟ ਪੈਂਦਾ ਫਿਰ ਆਪਣੀ ਜ਼ਰੂਰਤਾਂ ਪੂਰੀ ਨਹੀਂ ਕਰ ਸਕਦੇ ਫਿਰ ਉਹ। ਬਿਲਕੁਲ ਜੀ, ਨੌਜਵਾਨਾਂ ਦਾ ਇਹ ਕਹਿਣਾ ਹੈ ਕਿ ਸਿੱਧੇ ਤੌਰ ਦੇ ਉੱਤੇ ਪ੍ਰਭਾਵ ਇਹੀ ਪੈਂਦਾ ਹੈ ਕਿ ਜਿਹੜੀ ਬਿਜਲੀ ਹੈ ਉਹ ਇੰਡਸਟਰੀ ਦੇ ਲਈ ਇੱਕ ਵੱਡੀ ਜ਼ਰੂਰਤ ਹੈ। ਸਰਕਾਰ ਨੇ ਖੁਦ ਵਾਅਦਾ ਕੀਤਾ ਸੀ ਕਿ 5 ਰੁਪਏ ਯੂਨਿਟ ਦੇ ਹਿਸਾਬ ਨਾਲ ਇੰਡਸਟਰੀ ਨੂੰ ਦੇਵਾਂਗੇ, ਅਤੇ ਜਦੋਂ ਇੰਡਸਟਰੀ ਨੂੰ ਇਸ ਤਰੀਕੇ ਨਾਲ ਤੁਸੀਂ ਸਸਤੀ ਬਿਜਲੀ ਨਹੀਂ ਦਿਉਂਗੇ ਤਾਂ ਪੰਜਾਬ ਦੇ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਕਿੱਥੋਂ ਹੋਣਗੇ? ਸੋ ਸਰਕਾਰ ਦੇ ਸਾਹਮਣੇ ਇਹ ਵੱਡਾ ਸਵਾਲ ਹੈ। ਵਾਅਦੇ ਜ਼ਰੂਰ ਕੀਤੇ ਗਏ ਸੀ ਘਰ ਘਰ ਰੁਜ਼ਗਾਰ ਦੇਵਾਂਗੇ, ਪਰ ਇਹ ਵਾਅਦੇ ਜਿਹੜੇ ਨੇ ਉਹ ਸਿਰਫ ਕਾਗਜ਼ਾਂ ਤੱਕ ਸੀਮਤ ਨੇ। ਅਤੇ ਪੰਜਾਬ ਸਰਕਾਰ ਨੇ ਜੀ ਬਿਜਲੀ ਦੇ ਰੇਟ ਇੱਕ ਵਾਰੀ ਮੁੜ ਤੋਂ ਵਧਾ ਦਿੱਤੇ ਨੇ, ਅਤੇ ਇਸ ਤੋਂ ਬਾਅਦ ਸਰਕਾਰ ਇਸ ਤੋਂ ਪਹਿਲਾਂ ਜੋ ਦਾਅਵੇ ਕਰਦੀ ਸੀ ਕਿ ਸੂਬੇ ਦੇ ਵਿੱਚ ਇੰਡਸਟਰੀਆਂ ਨੂੰ ਕਾਰੋਬਾਰੀਆਂ ਦੇ ਲਈ 5 ਰੁਪਏ ਯੂਨਿਟ ਦੇ ਹਿਸਾਬ ਨਾਲ ਬਿਜਲੀ ਦਿੱਤੀ ਜਾਏਗੀ, ਪਰ ਪੰਜਾਬ ਦੇ ਵਿੱਚ ਰੇਟ ਜਿਹੜੇ ਨੇ ਭਾਵੇਂ ਇੰਡਸਟਰੀ ਦੇ ਲਈ ਹੋਣ ਜਾਂ ਆਮ ਲੋਕਾਂ ਦੇ ਲਈ ਹੋਣ, ਲਗਾਤਾਰ ਵੱਧ ਰਹੇ ਨੇ, ਅਤੇ ਨਵੇਂ ਸਾਲ ਦੇ ਮੌਕੇ ਦੇ ਉੱਤੇ ਸਰਕਾਰ ਨੇ ਲੋਕਾਂ ਨੂੰ ਮੁੜ ਤੋਂ ਝਟਕਾ ਦਿੱਤਾ। ਅਸੀਂ ਇਸ ਵੇਲੇ ਮਾਰਕੀਟ ਦੇ ਵਿੱਚ ਇੱਕ ਫਰਨੀਚਰ ਮਾਰਕੀਟ ਦੇ ਵਿੱਚ ਪਹੁੰਚੇ ਹੋਏ ਹਾਂ, ਸਾਡੇ ਨਾਲ ਕੁਝ ਇੱਥੇ ਦੁਕਾਨਦਾਰ ਬੈਠੇ ਹੋਏ, ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਭਾਅ ਜੀ ਕੀ ਨਾਂ ਤੁਹਾਡਾ? ਜਸਵੀਰ ਸਿੰਘ ਜੀ। ਜਸਵੀਰ ਜੀ, ਕੀ ਕਹੋਗੇ ਸਰਕਾਰ ਨੇ ਇੱਕ ਵਾਰੀ ਮੁੜ ਤੋਂ ਬਿਜਲੀ ਦੇ ਰੇਟ ਵਧਾ ਦਿੱਤੇ? ਇਹ ਤਾਂ ਜੀ ਪੂਰੀ ਨਾ ਤਾਨਾਸ਼ਾਹੀ ਚੱਲਦੀ ਪਈ ਹੈ ਕਿ ਪੰਜਾਬ 'ਚ ਬਿਜਲੀ ਦੇ ਰੇਟ ਵੱਖਰੇ ਨੇ, 1 ਕਿਲੋਮੀਟਰ ਦੂਰ ਚੰਡੀਗੜ੍ਹ 'ਚ ਬਿਜਲੀ ਦੇ ਰੇਟ ਵੱਖਰੇ ਨੇ, ਅਤੇ ਪੰਜਾਬ 'ਚ ਬਿਜਲੀ ਦੇ ਰੇਟ ਦਿਨ ਪ੍ਰਤੀ ਦਿਨ ਵੱਧਦੇ ਰਹਿੰਦੇ ਨੇ, ਅਤੇ ਬਾਕੀ ਸਟੇਟਾਂ 'ਚ ਇੰਨੇ ਵੱਧਦੇ ਨਹੀਂ ਹੈਗੇ, ਈਵਨ ਕਿ ਹਰਿਆਣਾ, ਦਿੱਲੀ, ਸਭ ਜਗ੍ਹਾ ਬਿਜਲੀ ਪੰਜਾਬ ਨਾਲੋਂ ਸਸਤੀ ਹੈ, ਜਦਕਿ ਸਾਨੂੰ ਪਤਾ ਕਿ ਬਿਜਲੀ ਪ੍ਰੋਡਿਊਸ ਆਪਣੇ ਪੰਜਾਬ 'ਚ ਹੋ ਰਹੀ ਹੈ, ਅਤੇ ਬਾਕੀ ਸਟੇਟਾਂ ਬਿਜਲੀ ਖਰੀਦ ਕੇ ਵੀ ਆਪਣੇ ਮਤਲਬ ਉੱਥੇ ਦੇ ਜਿਹੜੇ ਬਛਿੰਦੇ ਨੇ ਉਹਨਾਂ ਨੂੰ ਬਿਜਲੀ ਸਸਤੀ ਦੇ ਰਹੇ ਨੇ, ਅਤੇ ਪੰਜਾਬ 'ਚ ਕੀ ਚੱਕਰ ਹੈ, ਸਮਝ ਤੋਂ ਬਾਹਰ ਗੱਲ। ਤੁਹਾਨੂੰ ਕੀ ਲੱਗਦਾ ਵੀ ਸਰਕਾਰ ਨੇ ਜੋ ਵਾਅਦਾ ਕਰਿਆ ਸੀ ਇਸ ਤੋਂ ਪਹਿਲਾਂ, ਸਰਕਾਰ ਪਿਛਲੀ ਸਰਕਾਰ 'ਤੇ ਬੜੇ ਇਲਜ਼ਾਮ ਲਾਉਂਦੀ ਸੀ ਵੀ ਜਿਹੜੇ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਕਰਾਰ ਕੀਤੇ ਇਹਨਾਂ ਨੇ ਉਹ ਗਲਤ ਕੀਤੇ ਆ, ਤੁਹਾਨੂੰ ਲੱਗਦਾ ਕਿ ਉਹ ਸਿਰਫ ਗੱਲਾਂ ਹੀ ਰਹਿ ਗਈਆਂ, ਸਰਕਾਰ ਨੇ ਕੁਛ ਨਹੀਂ ਕੀਤਾ ਉਹਦੇ 'ਚ? ਇਹ ਸਰਕਾਰ ਦੀਆਂ ਸਿਰਫ ਗੱਲਾਂ ਹੈ, ਇੱਕ ਦੂਸਰੇ ਨੂੰ ਜਦੋਂ ਮਤਲਬ ਇਲੈਕਸ਼ਨ ਆਉਂਦੇ ਨੇ ਇੱਕ ਦੂਸਰੇ 'ਤੇ ਇਲਜ਼ਾਮ ਲਾਉਂਦੇ ਨੇ, ਕਰਦਾ ਕੋਈ ਕੱਖ ਨਹੀਂ ਹੈ। ਤੁਸੀਂ ਕਾਰੋਬਾਰ 'ਤੇ ਸਾਨੂੰ ਦੱਸੋ ਕਿ ਕਿੰਨਾ ਕੁ ਅਸਰ ਪੈਂਦਾ ਹੈ ਵੀ ਜਿਸ ਤਰੀਕੇ ਨਾਲ ਚੀਜ਼ਾਂ ਮਹਿੰਗੀਆਂ ਹੋ ਰਹੀਆਂ ਨੇ। ਇਹ ਕਿਹਾ ਜਾ ਰਿਹਾ ਕਿ ਜਿਹੜੀਆਂ ਲੋਕਾਂ ਦੀ ਖਰੀਦਣ ਦੀ ਤਾਕਤ ਆ ਉਹ ਘੱਟ ਰਹੀ ਹੈ, ਲੋਕ ਘੱਟ ਖਰੀਦ ਰਹੇ ਆ ਅਤੇ ਚੀਜ਼ਾਂ ਘੱਟ ਵਿਕ ਰਹੀਆਂ, ਕਾਰੋਬਾਰ ਦੇ ਵਿੱਚ ਮੰਦਾ ਬਾਜ਼ਾਰ 'ਚ ਇੰਨੀ ਮੰਦੀ ਹੈ, ਹੱਦ ਤੋਂ ਜ਼ਿਆਦਾ ਮੰਦੀ ਹੈ, ਖਰਚੇ ਚਲਾਉਣੇ ਵੀ ਮੁਸ਼ਕਿਲ ਹੋਏ ਪਏ ਨੇ, ਅਤੇ ਬਿਜਲੀ ਵੀ ਜੇ ਮੁੱਢਲੀਆਂ ਚੀਜ਼ਾਂ ਹੀ ਮਹਿੰਗੀਆਂ ਹੋਣਗੀਆਂ ਤਾਂ ਬੰਦਾ ਮਤਲਬ ਕਿੱਦੋਂ ਗੁਜ਼ਾਰਾ ਕਰੇਗਾ? ਬਿਜਲੀ ਮਹਿੰਗੀ ਹੈ ਅਤੇ ਬੰਦਾ ਇੱਕ ਬੱਲਬ ਜਲਾਉਣ ਲਈ ਵੀ ਸੋਚਦਾ ਪਿਆ, ਜਿਹਦੀ ਤਨਖਾਹ ਘੱਟ ਹੈ ਉਹ ਬੰਦਾ ਸੋਚਦਾ ਕਿ ਬੇੜੇ ਦਾ ਬੱਲਬ ਬੰਦ ਕਰ ਦਈਏ, ਪਾਂਦੇ ਰਹੀ ਠੀਕ ਹੈ, ਪੰਜਾਬ 'ਚ ਇਹ ਹਾਲ ਹੈ। ਕੁਝ ਲੋਕ ਸਾਡੇ ਨਾਲ ਇੱਥੇ ਮੌਜੂਦ ਨੇ, ਉਹਨਾਂ ਨਾਲ ਗੱਲ ਕਰਦੇ ਹਾਂ ਕਿ ਸਰਕਾਰ ਦੇ ਇਸ ਫੈਸਲੇ ਬਾਰੇ ਉਹ ਕੀ ਸੋਚਦੇ ਨੇ, ਕੀ ਨਾਮ ਹੈ ਤੁਹਾਡਾ? ਜਸਵੀਰ ਸਿੰਘ ਹੈ ਜੀ। ਜਸਵੀਰ ਜੀ, ਕੀ ਕਹੋਗੇ ਪੰਜਾਬ 'ਚ ਫਿਰ ਬਿਜਲੀ ਦੇ ਰੇਟ ਵੱਧ ਗਏ? ਹਾਂਜੀ ਬਈ, 19 ਵਾਰੀ ਬਿਜਲੀ ਵੱਧ ਗਈ, ਬਹੁਤ ਜ਼ਿੰਮੀਦਾਰ ਵਾਸਤਾ, ਬਹੁਤ ਘੱਟੇ ਵਾਲਾ ਕੰਮ ਇਹ ਹੋਇਆ, ਇਸ ਤਰ੍ਹਾਂ ਗਰੀਬ ਵਾਸਤਾ, ਗਰੀਬ ਜਨਤਾ ਵਾਸਤਾ ਜੀ, ਇਸ ਤਰ੍ਹਾਂ ਬਹੁਤ ਮਹਿੰਗੀ ਹੋ ਗਈ ਬਿਜਲੀ। ਤੁਹਾਨੂੰ ਲੱਗਦਾ ਕਿ ਸਰਕਾਰ ਜੋ ਕਹਿੰਦੀ ਸੀ ਉਹ ਤੋਂ ਉਲਟ ਕੰਮ ਕਰ ਰਹੀ ਹੈ, ਸਾਰੇ ਜੋ ਵਾਅਦੇ ਕਰ ਦਿੱਤੇ? ਹਾਂਜੀ ਹਾਂ, ਉਹਨੇ ਵਾਅਦਾ ਤਾਂ ਬਹੁਤ ਕਰੇ ਦੇ ਜੀ, ਗੁਰੂ ਗ੍ਰੰਥ ਸਾਹਿਬ ਵੀ ਸੌਂਹ ਖਾਈ ਦੀ, ਇਸ ਤਰ੍ਹਾਂ ਮੈਂ ਵਾਅਦੇ ਕਰੂੰਗਾ, ਵਾਅਦਾ ਕੋਈ ਪੂਰਾ ਨਹੀਂ ਕਰਿਆ ਮੁੱਖ ਮੰਤਰੀ ਸਾਹਿਬ ਨੇ। ਹਾਂਜੀ ਹਾਂ, ਨੁਕਸਾਨ ਕੀ ਹੈ ਤੁਹਾਨੂੰ ਕੀ ਲੱਗਦਾ, ਜਿਵੇਂ ਜਿਸ ਤਰੀਕੇ ਨਾਲ ਬਿਜਲੀ ਮਹਿੰਗੀ ਹੁੰਦੀ ਜਾ ਰਹੀ ਹੈ, ਆਮ ਲੋਕਾਂ ਦੇ ਲਈ ਮੁਸ਼ਕਲ ਕੀ ਹੈ, ਕੀ ਕੀ ਮੁਸ਼ਕਲਾਂ ਲੋਕਾਂ ਨੂੰ ਪੇਸ਼ ਆ? ਗਰੀਬ ਵਾਸਤੇ ਮੁਸ਼ਕਲ ਆ ਰਹੀ ਹੈ ਜੀ, ਇਸ ਤਰ੍ਹਾਂ ਬਹੁਤ, ਇਸ ਤਰ੍ਹਾਂ ਗਰੀਬ ਹੈ, ਬਹੁਤ ਮੁਸ਼ਕਲ ਆ ਰਹੀ ਹੈ, 19 ਵਾਰੀ ਬਿਜਲੀ ਮਹਿੰਗੀ ਕਰਦੀ ਹੈ ਪੰਜਾਬ ਸਰਕਾਰ ਨੇ ਜੀ।
ਆਮਦਨੀ ਤਾਂ ਬਹੁਤ ਵੱਧ ਗਈ, ਘੱਟ ਗਈ ਆਮਦਨੀ ਤਾਂ ਬਹੁਤ, ਮਹਿੰਗਾਈ ਹੋ ਗਈ ਇਸ ਤਰ੍ਹਾਂ ਬਹੁਤ। ਕਾਂਗਰਸ ਸਰਕਾਰ ਨੇ ਸਿਲੰਡਰ ਮਹਿੰਗੇ ਕਰਦੇ, ਅਤੇ ਪਿਆਜ਼ ਦੇਖੋ ਕਿੰਨੇ ਮਹਿੰਗੇ ਹੋ ਗਏ। ਹਾਂਜੀ ਹਾਂ, ਮਹਿੰਗਾਈ ਹਾਂ ਵੱਧ ਰਹੀ ਹੈ ਬਹੁਤ ਮਹਿੰਗਾਈ ਤਾਂ। ਹਾਂਜੀ ਹਾਂ, ਤੁਸੀਂ ਕੀ ਕਹਿਣਾ ਚਾਹੁੰਗੇ ਭਾਅ ਜੀ, ਕੀ ਨਾਂ ਤੁਹਾਡਾ? ਮੇਰਾ ਨਾਮ ਜੀ ਮਨੋਜ ਹੈਗਾ ਜੀ। ਮਨੋਜ ਜੀ, ਤੁਸੀਂ ਕੀ ਕਹੋਗੇ, ਕੀ ਤੁਸੀਂ ਕੰਮ ਕਾਰ ਕਰਦੇ ਹੋ, ਕਾਰੋਬਾਰ ਤੁਸੀਂ ਕਰਦੇ ਹੋ, ਕੀ ਲੱਗਦਾ ਹੈ ਕਿ ਸਰਕਾਰ ਬਿਜਲੀ ਮਹਿੰਗੀ ਕਰ ਰਹੀ ਹੈ, ਕਿੰਨਾ ਕੁ ਅਸਰ ਪੈਂਦਾ? ਜੀ ਬਹੁਤ ਜੀ ਅਸਰ ਪੜਦਾ ਹੈ ਜੀ, ਲੇਬਰਾਂ ਦੇ ਉੱਪਰ ਤੋਂ ਬਹੁਤ ਅਸਰ ਹੈ, ਯਹਾਂ ਕੇ ਜ਼ਮੀਦਾਰਾਂ ਦੇ ਉੱਪਰ ਵੀ ਬਹੁਤ ਅਸਰ ਹੈ। ਯਹਾਂ ਪੇ ਕਾਮ ਧੰਦੇ ਹੈ ਨਹੀਂ ਲੋਕਾਂ ਕੋਲ, ਔਰ ਬਿਜਲੀ ਮਹਿੰਗੀ ਹੈ, ਸਭ ਕੁਛ ਮਹਿੰਗਾ ਜੀ। ਯਹਾਂ ਪੇ ਅਬ ਕਮਾਈਆਂ ਘੱਟ ਹੈ ਔਰ ਖਰਚੇ ਜ਼ਿਆਦਾ ਹੈ। ਕੀ ਲੱਗਦਾ ਹੈ ਕਿ ਸਰਕਾਰ ਕਹਿੰਦੀ ਸੀ ਜਿਹੜੇ ਕਾਰੋਬਾਰੀ ਹੈ, ਕੰਮ ਕਰਨ ਵਾਲੇ ਲੋਕਾਂ ਨੂੰ ਸਸਤੀ ਬਿਜਲੀ ਦੇਵਾਂਗੇ? ਹਾਂਜੀ ਹਾਂਜੀ, ਇਹ ਸਭ ਵਾਅਦਾ ਕੀਤਾ ਉਹਨਾਂ ਨੇ, ਐਸਾ ਕੁਛ ਨਹੀਂ ਕੀਤਾ ਉਹਨਾਂ ਨੇ ਐਸਾ, ਉਹ ਵਾਅਦਾ ਤੋਂ ਅਸੀਂ ਕਸਮੇ ਖਾਂਦੇ, ਝੂਠੀ ਕਸਮੇ ਖਾਂਦੇ ਲੋਕ, ਔਰ ਕੁਛ ਨਹੀਂ ਕੀਤਾ ਅੱਜ ਤੱਕ। ਮੈਨੂੰ ਲੱਗਦਾ ਕਿ ਜਿਸ ਹਿਸਾਬ ਨਾਲ ਰੇਟ ਵੱਧਦੇ ਹੈ, ਆਉਂਦੇ ਦਿਨਾਂ 'ਚ ਪੰਜਾਬ 'ਚ ਜਿਹੜਾ ਯੂਨਿਟ ਦਾ ਰੇਟ ਹੈ ਉਹ 10 ਰੁਪਏ 'ਤੇ ਵੀ ਪਾ ਟੱਪ ਜੂ। ਹਾਂਜੀ ਟੱਪ, ਲੱਗਦਾ ਹੀ ਐਸੇ ਟੱਪ ਜਾਊਗਾ ਜੀ 10 ਰੁਪਏ, ਕਿ ਇਹਨਾਂ ਨੇ ਤਾਂ 15 ਕਰ ਦੇਣਾ, 20 ਕਰ ਦੇਣਾ, ਕੋਈ ਇਹਨਾਂ ਨੂੰ ਤਾਂ ਹੈ ਨਹੀਂ, ਰੋਕ ਚੋਕ ਤਾਂ ਹੈ ਨਹੀਂ ਇਨਕੋ ਕੋਈ। ਤੁਹਾਨੂੰ ਲੱਗਦਾ ਕੋਈ ਉਮੀਦ ਹੈਗੀ ਹੈ ਸਰਕਾਰ ਤੋਂ ਵੀ, ਸਰਕਾਰ ਕੋਈ ਲੋਕਾਂ ਦੇ ਹਿੱਤ 'ਚ ਵੀ ਕੰਮ ਕਰੇਗੀ? ਨਹੀਂ, ਮੈਨੂੰ ਤਾਂ ਕੋਈ ਉਮੀਦ ਨਹੀਂ ਹੈਗੀ, 3 ਸਾਲ ਤਾਂ ਹੋ ਗਈ ਸਰਕਾਰ ਨੂੰ ਬਣੀ ਨੂੰ, ਇਸ ਤਰ੍ਹਾਂ ਕੋਈ ਕੰਮ ਵਾਇਦਾ ਕੋਈ ਪੂਰਾ ਨਹੀਂ ਕਰਿਆ ਉਹਨਾਂ ਹਾਲ ਤੱਕ ਸਰਕਾਰ ਨੇ। ਹਾਂਜੀ, ਲੱਗਦਾ ਕਿ ਬਿਜਲੀ ਹੁਣ 10 ਰੁਪਏ ਯੂਨਿਟ ਤੱਕ ਪਹੁੰਚੇਗੀ? ਪਹੁੰਚੂਗੀ ਇਸ ਤਰ੍ਹਾਂ, ਦੇਖ ਲਓ, 19 ਵਾਰੀ ਬਿਜਲੀ ਹੋ ਗਈ ਮਹਿੰਗੀ, 19 ਵਾਰੀ ਕਰ ਦਈਏ ਪੰਜਾਬ ਸਰਕਾਰ ਨੇ। ਹਾਂਜੀ ਹਾਂ, ਕੋਈ ਆਸ ਨਹੀਂ ਹੈ ਸਾਨੂੰ ਤਾਂ, ਕੋਈ ਸਹੁੰਆਂ ਖਾਈ ਦੀਆਂ ਜੀ ਮੁੱਖ ਮੰਤਰੀ ਸਾਹਿਬ ਨੇ, ਦੇਖ ਲਿਓ, ਕੋਈ ਨਹੀਂ ਆਸ ਨਹੀਂ ਸਾਨੂੰ ਤਾਂ, ਕੋਈ ਆਸ ਨਹੀਂ ਹੈ, ਦਿਨ ਬ ਦਿਨ ਮਹਿੰਗਾਈ ਹੁੰਦੀ ਜਾ ਰਹੀ ਹੈ ਜੀ ਇਸ ਤਰ੍ਹਾਂ। ਹਾਂਜੀ ਹਾਂ, ਬਿਜਲੀ ਸਰਕਾਰ ਨੇ ਮਹਿੰਗੀ ਕਰਤੀ ਹੈ ਜੀ, ਬਿਜਲੀ ਦੇ ਰੇਟ ਵਧੀ ਜਾ ਰਹੇ ਪੰਜਾਬ 'ਚ, ਕੀ ਕਹਿਣਾ ਚਾਹੋਗੇ? ਬਿਜਲੀ ਦਾ ਰੇਟ ਘਟਣੇ ਚਾਹੀਏ ਜੀ, ਔਰ ਮਾਰਕੀਟ ਆਮ ਬੰਦੇ 'ਤੇ ਕੀ ਅਸਰ ਹੈ? ਬਿਜਲੀ ਮਹਿੰਗੀ ਹੋ ਜਾਂਦੀ ਤਾਂ ਕਿੱਦਾਂ ਜ਼ਿੰਦਗੀ 'ਤੇ ਅਸਰ ਪੈਂਦਾ? ਬਹੁਤ ਅਸਰ ਪੈਂਦਾ ਜੀ, ਕੰਮ ਕਰਨ ਵਾਲੇ ਬੜਾ ਮੁਸ਼ਕਿਲ ਹੁੰਦੀ ਜੀ ਮਹਿੰਗੀ ਬਿਜਲੀ ਉੱਤੀ ਦੇ। ਕਿ ਚੰਡੀਗੜ੍ਹ ਜਿਸ ਘਰ ਦਾ ਬਿੱਲ 2000 ਰੁਪਏ ਆਉਂਦਾ, ਇੱਥੇ ਉਹੀ ਬਿੱਲ ਜਿਹੜਾ ਉਹ 10000 ਰੁਪਏ ਆਉਂਦਾ। ਮੈਂ ਖੁਦ ਇਸ ਚੀਜ਼ ਦਾ ਗਵਾਈ ਹਾਂ, ਮੈਂ ਪਹਿਲੇ ਚੰਡੀਗੜ੍ਹ ਰਹਿੰਦਾ ਸੀਗਾ, ਚੰਡੀਗੜ੍ਹ ਤੋਂ ਮੈਂ 8 ਮਹੀਨੇ ਹੋਏ ਇੱਥੇ ਮੋਹਾਲੀ ਸ਼ਿਫਟ ਕੀਤਾ ਵਾਂ, 10000 ਤੋਂ ਉੱਤੇ ਬਿੱਲ ਆਉਂਦਾ ਇਹ 8 ਮਹੀਨੇ ਦੇ ਵਿੱਚ, ਹਿਸਾਬ ਲਾ ਲਓ ਵੀ। ਫਿਰ ਜਿਹੜਾ ਕੋਈ ਵੀ ਹੈ ਉਹ ਇੱਥੇ ਪ੍ਰੋਪਰਟੀ 'ਤੇ ਵੀ ਫਰਕ ਪਏਗਾ, ਬਿਜ਼ਨਸ 'ਤੇ ਵੀ ਫਰਕ ਪਏਗਾ, ਹਰ ਚੀਜ਼ 'ਤੇ ਫਰਕ ਪਏਗਾ। ਪੈਟਰੋਲ ਦੇਖ ਲਓ ਇੱਥੇ ਕੀ ਰੇਟ ਹੈ, ਬਿਜਲੀ ਤਾਂ ਹੈ ਹੀ ਹੈ, ਪੈਟਰੋਲ ਮਤਲਬ ਹਰ ਚੀਜ਼ ਜਿਹੜੀ ਹੈ ਬਹੁਤ ਮਹਿੰਗੀ ਹੈ ਜੀ, ਆਮ ਬੰਦੇ ਵਾਸਤੇ ਬਹੁਤ ਮੁਸ਼ਕਲ ਹੈ। ਤੁਹਾਨੂੰ ਲੱਗਦਾ ਕਿ ਇਹੀ ਕਾਰਨ ਹੈ ਵੀ ਪੰਜਾਬ 'ਚ ਜਿਹੜੀ ਇੰਡਸਟਰੀ ਸੀਗੀ ਉਹ ਬਾਹਰ ਜਾ ਰਹੀ ਹੈ, ਜਿਹੜੀ ਰਹਿੰਦੀ ਖੁੰਦੀ ਆ ਉਹ ਵੀ ਬਾਹਰ ਚੱਲ ਜਾਏਗੀ? ਬਿਲਕੁਲ ਜਾਏਗੀ ਜੀ, ਜਾ ਹੀ ਰਹੀ ਹੈ, ਕਿੰਨੀਆਂ ਇੰਡਸਟਰੀਆਂ ਬੰਦ ਹੋ ਗਈਆਂ ਤੁਸੀਂ ਦੇਖ ਲਓ ਵੀ, ਇੱਥੇ ਨਾਲੋਂ ਹੋਰ ਜਗ੍ਹਾ ਹਰ ਚੀਜ਼ ਸਸਤੀ ਹੈ, ਮਤਲਬ ਪੰਜਾਬ 'ਚ ਤਕਰੀਬਨ ਹਰ ਚੀਜ਼ ਹੀ ਮਹਿੰਗੀ ਹੈ ਜੀ, ਅਤੇ ਮਤਲਬ ਮੈਂ ਤਾਂ ਇਹ ਚਾਹੁੰਦਾ ਵਾਂ ਵੀ ਇੱਥੇ ਵੀ ਠੀਕ ਰੇਟ ਹੋਵੇ। ਕਾਰੋਬਾਰ ਬਾਰੇ ਦੱਸੋ ਕੀ ਕਿੰਨੀ ਕਿਸ ਤਰੀਕੇ ਚੱਲ ਰਹੀ ਹੈ? ਸਾਰੇ ਦੁਕਾਨਦਾਰ ਬੈਠੇ ਨੇ, ਕਾਰੋਬਾਰ ਦੇ ਉੱਤੇ ਬਹੁਤ ਜ਼ਿਆਦਾ ਫਰਕ ਪੈ ਰਿਹਾ, ਬਹੁਤ ਜ਼ਿਆਦਾ, ਕਿਉਂਕਿ ਦੇਖੋ ਜ਼ਿਆਦਾਤਰ ਇੱਥੇ ਲੋਕ ਹੈਗੇ ਨੇ ਜਿਹੜੇ ਨੌਕਰੀ ਪੇਸ਼ਾ ਬੰਦੇ ਨੇ, ਨੌਕਰੀ ਪੇਸ਼ਾ ਬੰਦੇ ਦੀ ਤਨਖਾਹ ਤਾਂ ਇੰਨੀ ਵੱਧ ਨਹੀਂ ਰਹੀ ਜਿੰਨਾ ਇੱਦਾਂ ਹੋ ਖਰਚੇ ਵੱਧ ਰਹੇ ਨੇ, ਅਤੇ ਬਿਜ਼ਨਸ 'ਤੇ ਬਹੁਤ ਅਸਰ ਪੈਂਦਾ ਜੀ ਇਸ ਹਿਸਾਬ ਨਾਲ। ਜਿਹੜੀਆਂ ਸਾਡੀਆਂ ਗੁਆਂਢੀ ਸਟੇਟਾਂ ਨੇ, ਗੁਆਂਢੀ ਸੂਬੇ ਨੇ, ਉਹ ਬੜੀ ਸਸਤੀ ਬਿਜਲੀ ਦੇ ਰਹੇ ਆ, ਪੰਜਾਬ 'ਚ ਪੈਦਾ ਹੋ ਰਹੀ ਹੈ ਤਾਂ ਵੀ ਮਹਿੰਗੀ ਹੈ? ਇਹ ਮੈਂ ਕਿਹਾ ਬਿਜਲੀ ਅੱਗੇ ਵੇਚ ਦਿੰਦੇ ਹਾਂ ਜੀ ਇੱਥੋਂ, ਅਤੇ ਇਸ ਕਰਕੇ ਥੋੜ੍ਹਾ ਆਪਣੇ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ ਇੱਥੇ ਪੰਜਾਬ ਦੀਆਂ, ਇਸ ਕਰਕੇ ਇੱਥੇ ਮਤਲਬ ਆਪਾਂ ਲੱਗਦਾ ਕਿ ਜੇ ਪੰਜਾਬ ਦੇ ਵਿੱਚ ਇੰਡਸਟਰੀ ਬਚਾਉਣੀ ਹੈ ਤਾਂ ਸਰਕਾਰ ਨੂੰ ਰੇਟ ਘੱਟ ਕਰਨੇ ਚਾਹੀਦੇ ਆ? ਬਿਲਕੁਲ ਕਰਨੇ ਚਾਹੀਦੇ ਆ ਜੀ ਇੰਡਸਟਰੀ, ਤਾਂ ਹੀ ਅਗਲਾ ਇੰਡਸਟਰੀ ਲਾਏਗਾ ਕਿ ਉਹਨੂੰ ਕੁਛ ਉੱਥੋਂ ਬੈਨੀਫਿਟ ਹੋਏਗਾ। ਹੁਣ ਇੱਥੇ ਬਿਜਲੀ ਦੇ ਬਿੱਲ ਇੰਨੇ ਆ, ਉੱਤੋਂ ਕੱਟ ਇੰਨੇ ਲੱਗਦੇ ਨੇ ਪੰਜਾਬ ਦੇ ਵਿੱਚ, ਅਤੇ ਅਸਰ ਤਾਂ ਪੈਂਦਾ ਹੀ ਹੈ ਜੀ। ਬਿਲਕੁਲ ਜੀ, ਲੋਕਾਂ ਦਾ ਇਹ ਕਹਿਣਾ ਹੈ ਕਿ ਸਰਕਾਰ ਜਿਹੜੀ ਹੈ ਬੋਝ ਲਗਾਤਾਰ ਉਹਨਾਂ ਦੇ ਉੱਤੇ ਵਧਾ ਰਹੀ ਹੈ, ਕਾਰੋਬਾਰ ਦੇ ਵਿੱਚ ਪਹਿਲਾਂ ਹੀ ਮੰਦੀ ਚੱਲ ਰਹੀ ਹੈ,
ਤੇ ਉਤੋਂ ਇਸ ਤਰੀਕੇ ਨਾਲ ਜਦੋਂ ਬਿਜਲੀ ਦੇ ਰੇਟ ਵਧਣਗੇ ਤਾਂ ਉਹਨਾਂ ਦੀ ਜੇਬ ਦੇ ਵਿੱਚ ਜੋ ਬੱਚਤ ਦੇ ਥੋੜੇ ਬਹੁਤੇ ਪੈਸੇ ਪਏ ਹੋਏ ਨੇ ਉਹ ਵੀ ਜੇਬ ਦੇ ਵਿੱਚੋਂ ਬਾਹਰ ਚਲੇ ਜਾਣਗੇ ਤੇ ਲੋਕ ਜਿਹੜੇ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਮੁਸ਼ਕਲ ਹੋਰ ਵਧੇਗੀ। ਸੋ ਇਸ ਪਾਸੇ ਗੌਰ ਕਰਨਾ ਚਾਹੀਦਾ ਕਿ ਬਿਜਲੀ ਦੇ ਰੇਟ ਜਿਹੜੇ ਨੇ ਉਸ ਨੂੰ ਲੈ ਕੇ ਸਰਕਾਰ ਨੂੰ ਇੱਕ ਵਾਰੀ ਮੁੜ ਤੋਂ ਜਿਹੜਾ ਇਹ ਸੋਚਣਾ ਚਾਹੀਦਾ ਹੈ ਤੇ ਇਹ ਰੇਟ ਸੂਬੇ ਦੇ ਵਿੱਚ ਘੱਟ ਹੋਣੇ ਚਾਹੀਦੇ ਨੇ। ਤੇ ਫਿਲਹਾਲ ਇਸ ਦੇ ਨਾਲ ਹੀ ਪੰਜਾਬ ਬੋਲਦਾ ਦੇ ਵਿੱਚ ਇਹਨਾਂ ਹੀ। ਧੰਨਵਾਦ।